ਦੇਸ਼ ਵਿਦੇਸ਼ ਤੋਂ ਰੇਡੀਓ ਕੌਮੀ ਆਵਾਜ਼ ਦੇ ਪ੍ਰੋਗਰਾਮ ਸ਼ਾਮ ਦੀ ਸਭਾ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਮੈਂ ਹਰਕਮਲ ਸਿੰਘ ਨਿੱਘਾ ਸਵਾਗਤ ਕਰਦਾ ਜੀ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਰੀਖ ਹੋ ਗਈ ਅੱਜ 18 ਸਾਵਣ, ਨਾਨਕ ਸਾਹਿਬ ਸੰਮਤ 550 ਅਤੇ ਈਸਵੀ ਕੈਲੰਡਰ ਦੇ ਹਿਸਾਬ ਨਾਲ 2 ਅਗਸਤ 2018। ਦਿਨ ਵੀਰਵਾਰ ਦੀ ਸ਼ਾਮ ਹੋ ਚੁੱਕੀ ਹੈ ਅਤੇ ਪ੍ਰੋਗਰਾਮ ਸ਼ਾਮ ਦੀ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਅਤੇ ਭਾਰਤੀ ਖਿੱਤੇ ਦੀਆਂ ਖਬਰਾਂ ਦੀ ਜਾਣਕਾਰੀ ਆਪਾਂ ਨੂੰ ਦੇਣਗੇ ਪਰਮਵੀਰ ਸਿੰਘ ਬਾਠ। ਸੋ ਸਾਡਾ ਰਾਬਤਾ ਇਸ ਵਕਤ ਉਹਨਾਂ ਨਾਲ ਪੰਜਾਬ ਦੇ ਵਿੱਚ ਕਾਇਮ ਹੋ ਚੁੱਕਿਆ ਹੈ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਜਾਣਦੇ ਹਾਂ ਪੰਜਾਬ ਭਾਰਤ ਦੀ ਖਬਰਸਾਰ। ਬਾਠ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਦੀ ਸਭਾ ਵਿੱਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ, ਮਿਹਰਬਾਨੀ ਹਰਕਮਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਠ ਸਾਹਿਬ ਪਹਿਲੂ ਹੀ ਗੱਲ ਕਰ ਲਈਏ ਜੀ, ਅੱਜ ਆਪਾਂ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰਿਪੋਰਟ ਬਣਾਈ ਸੀ ਬੇਅਦਬੀਆਂ ਦੇ ਮਾਮਲੇ ਦੇ ਵਿੱਚ, ਬਰਗਾੜੀ ਕਾਂਡ ਵੀ ਵਿੱਚ ਉਹਦੇ ਸ਼ਾਮਿਲ ਸੀਗਾ, ਅਤੇ ਉਹਦੀ ਹਲਕੀ ਹਲਕੀ ਚਰਚਾ ਚੱਲ ਰਹੀ ਹੈ, ਉਹਦੇ ਬਾਰੇ ਥੋੜ੍ਹਾ ਦੱਸ ਦਿਓ ਕੀ ਰਿਪੋਰਟ ਹੈ। ਦੇਖੋ ਹਰਕਮਲ ਸਿੰਘ ਜੀ, ਇਸ ਮਸਲੇ ਦੀ ਇੱਕ ਪੂਰੀ ਦੀ ਪੂਰੀ ਤਰਤੀਬ ਹੈ ਜੀ ਕਿ ਪਹਿਲਾਂ ਬੇਅਦਬੀ ਹੁੰਦੀ ਹੈ, ਬੇਅਦਬੀ ਤੋਂ ਬਾਅਦ ਸੰਗਤ ਤੇ ਗੋਲੀ ਚੱਲਦੀ ਹੈ, ਦੋ ਸਿੱਖਾਂ ਦੀ ਮੌਤ ਹੁੰਦੀ ਹੈ, ਉਹਦੇ ਤੋਂ ਬਾਅਦ ਜਸਟਿਸ ਜੋਰਾ ਸਿੰਘ ਕਮਿਸ਼ਨ ਬਾਦਲ ਸਾਹਿਬ ਬਣਾਉਂਦੇ ਆ, ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਨਹੀਂ ਕਰਦੇ, ਕਾਂਗਰਸ ਦੀ ਸਰਕਾਰ ਆਉਂਦੀ ਹੈ ਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਦੇ ਆ ਤੇ ਜਸਟਿਸ ਰਣਜੀਤ ਸਿੰਘ ਤੇ ਆਧਾਰਿਤ ਕਮਿਸ਼ਨ ਬਣਾਉਂਦੇ ਆ ਕਿ ਤੁਸੀਂ ਸਾਨੂੰ ਬੇਅਦਬੀ ਵਾਲੇ ਮਾਮਲਿਆਂ ਦਾ ਸੱਚ ਸਾਹਮਣੇ ਲਿਆ ਕੇ ਦੱਸੋ। ਜੀ ਉਹ ਜਸਟਿਸ ਰਣਜੀਤ ਸਿੰਘ ਹੋਰੀ ਆਪਣੀ ਰਿਪੋਰਟ ਨੂੰ 4 ਹਿੱਸਿਆਂ 'ਚ ਵੰਡਦੇ ਆ, ਇੱਕ ਹਿੱਸਾ ਕਪਤਾਨ ਸਾਹਿਬ ਨੂੰ ਦੇ ਜਾਂਦੇ ਆ ਤੇ 3 ਹਿੱਸੇ ਕਹਿੰਦੇ ਅਸੀਂ ਛੇਤੀ ਦੇ ਦਿਆਂਗੇ। ਉਹ ਜਿਹੜਾ ਇੱਕ ਹਿੱਸਾ ਕਪਤਾਨ ਸਾਹਿਬ ਕੋਲ ਪਹੁੰਚਿਆ ਸੀ, ਉਹਦੇ ਵਿੱਚ ਜਿਹੜੀਆਂ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਕੁਝ ਇੱਕ ਸਿਫਾਰਿਸ਼ਾਂ ਕੀਤੀਆਂ ਸੀ, ਉਹ ਸਿਫਾਰਿਸ਼ਾਂ 3 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੀਆਂ ਵੀ ਕਰਤੀਆਂ, ਲੋਕਾਂ ਦੇ ਨਾਲ ਸਾਂਝੀਆਂ ਕਰਤੀਆਂ ਜੀ। ਹੁਣ ਇੱਕ ਬਹੁਤ ਵੱਡਾ ਰੌਲਾ ਕੀ ਪੈ ਗਿਆ, ਰੌਲਾ ਇਹ ਪੈ ਗਿਆ ਕਿ ਇਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਨਾ ਜਿਹੜਾ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੋਇਆ ਸੀ ਉਹਦੇ ਬਾਰੇ ਬੜੇ ਅਹਿਮ ਖੁਲਾਸੇ ਕੀਤੇ ਗਏ ਆ। ਖੁਲਾਸੇ ਕੀ ਕੀਤੇ ਗਏ? ਦੇਖੋ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜਿਹੜੀ ਉੱਥੇ ਸੰਗਤ ਸੀ ਜਾਂ ਜਿਹੜੇ ਲੋਕ ਧਰਨਾ ਦੇ ਰਹੇ ਸੀ ਉਹ ਹਿੰਸਕ ਹੋ ਗਿਆ ਸੀ, ਬੇਕਾਬੂ ਹੋ ਗਿਆ ਸੀ, ਉਹ ਗੱਡੀਆਂ ਭੰਨਣ ਲੱਗ ਪਿਆ ਸੀ, ਉਹ ਘਰਾਂ ਦੇ ਸ਼ੀਸ਼ੇ ਤੋੜਨ ਲੱਗ ਪਿਆ ਸੀ। ਪੁਲਿਸ ਨੇ ਇੱਥੋਂ ਤੱਕ ਕਿਹਾ ਕਿ ਉਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਸੀ, ਅਸੀਂ ਤਾਂ ਗੋਲੀ ਸੈਲਫ ਡਿਫੈਂਸ ਚਲਾਈ ਜਿਹਦੇ ਵਿੱਚ 2 ਬੰਦੇ ਮਰ ਗਏ ਹੋਣਗੇ। ਜੀ ਉਹ ਸੈਲਫ ਡਿਫੈਂਸ ਵਾਲਾ ਜਿਹੜਾ ਮਸਲਾ ਸੀ ਨਾ ਉਹਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਿਤੇ ਨਾ ਕਿਤੇ ਖਾਰਜ ਕਰਦੀ ਹੈ। ਜਸਟਿਸ ਰਣਜੀਤ ਸਿੰਘ ਹੋਰਾਂ ਨੇ ਆਪਣੀ ਰਿਪੋਰਟ ਦੇ ਵਿੱਚ ਇੱਕ ਮੈਡੀਕਲ ਰਿਪੋਰਟ ਦੇ ਹਵਾਲੇ ਨਾਲ ਜੋ ਟਿੱਪਣੀਆਂ ਕੀਤੀਆਂ ਉਹ ਟਿੱਪਣੀਆਂ ਇਹ ਕੀਤੀਆਂ ਕਿ ਲੋਕਾਂ ਦੇ ਉੱਤੇ ਬੈਠਿਆਂ ਤੇ ਗੋਲੀਆਂ ਚਲਾਈਆਂ। ਡਾਕਟਰ ਨੇ ਰਾਜੀਵ ਜੋਸ਼ੀ ਜਿਨ੍ਹਾਂ ਨੇ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਜਿਹੜੇ 2 ਸਿੱਖਾਂ ਦੀ ਮੌਤ ਹੋਈ ਸੀ ਗੋਲੀ ਲੱਗਣ ਕਰਕੇ, ਉਹਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਸੀ ਤੇ ਕਮਿਸ਼ਨ ਨੇ ਜਦੋਂ ਡਾਕਟਰ ਰਾਜੀਵ ਜੋਸ਼ੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਬਿਆਨ ਰਿਕਾਰਡ ਕੀਤੇ ਤੇ ਉਹ ਕਹਿੰਦੇ ਜੀ ਦੇਖੋ ਮੈਂ ਕੀਤਾ ਪੋਸਟਮਾਰਟਮ, ਗੋਲੀਆਂ ਸਰੀਰ 'ਚ ਲੱਗ ਕੇ ਆਰ ਪਾਰ ਹੋ ਗਈਆਂ ਸੀ, ਨਿਕਲ ਗਈਆਂ ਸੀ ਬਾਹਰ, ਇਹਦਾ ਮਤਲਬ ਹੈ ਕਿ ਗੋਲੀਆਂ ਬਹੁਤ ਨੇੜਿਓਂ ਮਾਰੀਆਂ ਗਈਆਂ। ਦੂਸਰੀ ਗੱਲ ਉਹ ਕਹਿੰਦੇ ਗੋਲੀ ਲੱਗਣ ਦਾ ਨਿਸ਼ਾਨ ਤੇ ਗੋਲੀ ਬਾਡੀ ਦੇ ਵਿੱਚੋਂ ਬਾਹਰ ਨਿਕਲਣ ਦਾ ਨਿਸ਼ਾਨ ਜਿਸ ਢੰਗ ਦੇ ਨਾਲ ਸੀ ਉਹਦੇ ਵਿੱਚੋਂ ਇਹ ਸਾਫ਼ ਪਤਾ ਲੱਗਦਾ ਸੀ ਕਿ ਗੋਲੀਆਂ ਉੱਪਰ ਤੋਂ ਹੇਠਾਂ ਨੂੰ ਮਾਰੀਆਂ ਗਈਆਂ। ਜੀ ਇਹ ਥੋੜੀ ਹੈ ਕਿ 2 ਬੰਦੇ ਆਪਸ ਵਿੱਚ ਲੜਦੇ ਆ, ਜੇ ਪੁਲਿਸ ਦੇ ਉੱਤੇ ਉਹਨਾਂ ਨੇ ਹਮਲਾ ਕੀਤਾ ਤਾਂ ਪੁਲਿਸ ਵਾਲਾ ਪਹਿਲਾਂ ਕਹਿੰਦਾ ਮੈਨੂੰ ਕੋਠੇ ਤੇ ਚੜ ਲੈਣ ਦੇ, ਮੈਂ ਫਿਰ ਤੇਰੇ ਗੋਲੀ ਮਾਰਦਾ, ਇਦਾਂ ਨਹੀਂ ਸੀ। ਅਸਲ ਦੇ ਵਿੱਚ ਜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਸੱਚ ਮੰਨੀਏ ਇਹਦਾ ਮਤਲਬ ਹੈ ਕਿ ਸੰਗਤ ਦੇ ਉੱਤੇ ਬੈਠਿਆਂ ਤੇ ਗੋਲੀ ਚਲਾਈ ਗਈ, ਬਿਨਾਂ ਕਿਸੇ ਚੇਤਾਵਨੀ ਦਿੱਤਿਆਂ ਗੋਲੀ ਚਲਾਈ ਗਈ, ਪੁਲਿਸ ਵਾਲੇ ਖੜੇ ਸੀ, ਸੰਗਤ ਬੈਠੀ ਸੀ। ਜੀ ਜੇ ਇਹ ਗੱਲ ਸੱਚ ਹੈ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਤਾਂ ਇਹ ਤਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਹੀ ਮਸਲਾ ਹੋਣਾ ਜਿਹਦੇ ਵਿੱਚ ਪੁਲਿਸ ਦੋਸ਼ ਲਾਈ ਜਾਂਦੀ ਹੈ ਕਿ ਉਹ ਬੈਠੇ ਬੈਠੇ ਸਾਡੇ ਗਲ ਪੈ ਗਏ, ਅਸੀਂ ਤਾਂ ਖੜੇ ਸੀ, ਉਹ ਬੈਠੇ ਬੈਠੇ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਭੰਨੀ ਜਾਂਦੇ ਸੀ, ਉਹ ਬੈਠੇ ਬੈਠੇ ਕਾਰਾਂ ਤੇ ਹੋਰ ਮੋਟਰਸਾਈਕਲ ਸਕੂਟਰ ਭੰਨੀ ਜਾਂਦੇ ਸੀ। ਕਹਿਣ ਦਾ ਭਾਵ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਪੰਜਾਬ ਪੁਲਿਸ ਦੀ ਕਹਾਣੀ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਹੈ। ਦੂਸਰੀ ਗੱਲ ਉਹਨਾਂ ਨੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਦੇ ਉੱਤੇ ਫੌਜਦਾਰੀ ਮੁਕੱਦਮੇ ਚਲਾਉਣ ਦੀ ਸਿਫਾਰਿਸ਼ ਕਰਤੀ ਕਿ ਫੌਜਦਾਰੀ ਮੁਕੱਦਮੇ ਬਣਦੇ ਆ ਇਹਨਾਂ ਦੇ ਉੱਤੇ। ਸੋ ਵੇਖਦੇ ਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਇਹਨਾਂ ਦੇ ਉੱਤੇ ਫੌਜਦਾਰੀ ਮੁਕੱਦਮੇ ਦਰਜ ਹੁੰਦੇ ਕਿ ਨਹੀਂ ਹੁੰਦੇ। ਦੂਸਰਾ ਇੱਕ ਬਹੁਤ ਇੰਪੋਰਟੈਂਟ ਮਸਲਾ ਹੋਰ ਜੀ, ਇਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਉਸ ਵੇਲੇ ਕੋਟਕਪੁਰੇ ਦਾ SDM ਜਿਹੜਾ ਸੀ ਨਾ ਉਹ ਸੀ ਹਰਜੀਤ ਸਿੰਘ ਸੰਧੂ, ਉਹਦੀ ਭੂਮਿਕਾ ਕਹਿੰਦੇ ਸ਼ੱਕੀ ਹੈ, ਉਹ ਕਥਿਤ ਤੌਰ ਦੇ ਉੱਤੇ ਦੋਸ਼ੀ ਹੈ। 30 ਜੂਨ ਨੂੰ ਇਹ ਰਿਪੋਰਟ ਕਪਤਾਨ ਸਾਹਿਬ ਕੋਲ ਜਾਂਦੀ ਹੈ 30 ਜੂਨ ਨੂੰ, ਤੇ ਜਦੋਂ 30 ਜੂਨ ਨੂੰ ਰਿਪੋਰਟ ਜਾਂਦੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਰਿਪੋਰਟ ਕਪਤਾਨ ਸਾਹਿਬ ਦੇ ਕੋਲ ਗਈ ਜਿਹਦੇ ਵਿੱਚ ਹਰਜੀਤ ਸਿੰਘ ਸੰਧੂ ਦੇ ਉੱਤੇ ਸ਼ੱਕ ਪ੍ਰਗਟ ਕੀਤਾ ਗਿਆ, ਤੇ ਰਿਪੋਰਟ ਕਪਤਾਨ ਸਾਹਿਬ ਕੋਲ ਜਾਣ ਤੋਂ 14ਵੇਂ ਦਿਨ ਜਾਣੀ ਕਿ 13 ਜੁਲਾਈ ਨੂੰ
ਪੰਜਾਬ ਦੀ ਸਰਕਾਰ ਉਸੇ ਹਰਜੀਤ ਸਿੰਘ ਸੰਧੂ ਨੂੰ ਦੁਬਾਰਾ ਕੋਟਕਪੁਰੇ ਦਾ SDM ਫਿਰ ਲਾਉਂਦੀ ਹੈ। ਇਕੱਲਾ ਕੋਟਕਪੁਰੇ ਦਾ SDM ਨਹੀਂ ਲਾਉਂਦੀ, ਇਹਦੇ ਨਾਲ ਨਾਲ ਉਹਨਾਂ ਨੂੰ ਫਰੀਦਕੋਟ ਦਾ ਵੀ SDM ਲਾਉਂਦੀ ਹੈ, ਡਬਲ ਇਨਾਮ ਦਿੱਤਾ। ਹਾਲਾਂਕਿ ਜਿਹੜਾ ਕਮਿਸ਼ਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪ ਬਣਾਇਆ, ਉਹੀ ਕਮਿਸ਼ਨ ਜਿਹੜਾ ਕਹਿੰਦਾ ਕੈਪਟਨ ਸਾਹਿਬ ਨੂੰ ਕਿ ਹਰਜੀਤ ਸਿੰਘ ਸੰਧੂ ਕਥਿਤ ਤੌਰ ਤੇ ਦੋਸ਼ੀ ਹੈ ਤੇ ਕਪਤਾਨ ਸਾਹਿਬ ਦੀ ਸਰਕਾਰ ਨੂੰ ਡਬਲ ਤਰੱਕੀਆਂ ਦੇਈ ਜਾਂਦੀਆਂ। ਜੀ, ਗੁਰਦੀਪ ਸਿੰਘ ਬਠਿੰਡਾ ਯੂਨਾਈਟਿਡ ਅਕਾਲੀ ਦਲ ਦੇ ਜਨ ਸਕੱਤਰ ਨੇ, ਉਹ ਕਹਿੰਦੇ ਦੇਖ ਲਓ ਅਸੀਂ ਇੱਦਾਂ ਦੀਆਂ ਸਰਕਾਰਾਂ ਤੋਂ ਕੀ ਆਸ ਕਰੀਏ, ਜਿਹੜੀਆਂ ਸਰਕਾਰਾਂ ਇੱਦਾਂ ਦੇ ਬੰਦਿਆਂ ਦੀਆਂ ਪੁਸ਼ਤ ਪਣਾਈਆਂ ਕਰੀ ਜਾਂਦੀਆਂ, ਉਹਨਾਂ ਨੂੰ ਸਜਾਵਾਂ ਦਵਾਉਣ ਦੀ ਜਗ੍ਹਾ ਡਬਲ ਇਨਾਮ ਦਿੰਦੀਆਂ, ਫਿਰ ਤਾਂ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਤੌਖਲੇ ਖੜੇ ਹੋਣੇ ਹੀ ਹੋਣੇ। ਇਸੇ ਤਰੀਕੇ ਇਸੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਇਹ ਵੀ ਪਤਾ ਲੱਗਿਆ ਕਿ ਕੁਝ ਬੇਅਦਬੀ ਵਾਲੇ ਮਾਮਲਿਆਂ ਦੇ ਤੰਦ ਤਾਣੇ ਜਿਹੜੇ ਆ ਉਹਨਾਂ ਨੇ ਡੇਰਾ ਸਿਰਸਾ ਦੇ ਨਾਲ ਵੀ ਜੁੜੇ ਆ, ਤੇ ਪੰਜਾਬ ਦੇ ਉਸ ਵੇਲੇ ਦੇ ਸੱਤਾਧਾਰੀ ਇੱਕ ਬਹੁਤ ਵੱਡੇ ਲੀਡਰ ਦਾ ਵੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਕਿ ਉਹ ਲੀਡਰ ਬਹੁਤ ਲੰਬੀਆਂ ਮੁਲਾਕਾਤਾਂ ਡੇਰਾ ਸਿਰਸਾ ਦੇ ਪ੍ਰਬੰਧਕਾਂ ਦੇ ਨਾਲ ਕਰਦਾ ਰਿਹਾ ਜੀ, ਤੇ ਡੇਰਾ ਸਿਰਸਾ ਦਾ ਤੰਦ ਜਦੋਂ ਇਧਰਲੇ ਪਾਸੇ ਜੁੜਦਾ ਬੇਅਦਬੀ ਵਾਲੀਆਂ ਘਟਨਾਵਾਂ ਦੇ ਨਾਲ, ਉਧਰਲੇ ਪਾਸੇ ਪ੍ਰਬੰਧਕਾਂ ਦੇ ਨਾਲ ਪੰਜਾਬ ਦਾ ਇੱਕ ਬਹੁਤ ਵੱਡਾ ਲੀਡਰ ਮੁਲਾਕਾਤਾਂ ਕਰਦਾ, ਇਹਦੇ ਉੱਤੇ ਵੀ ਤਿੱਖੀਆਂ ਟਿੱਪਣੀਆਂ ਜਿਹੜੀਆਂ ਉਹ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਆਪਣੀ ਰਿਪੋਰਟ ਦੇ ਵਿੱਚ ਕੀਤੀਆਂ। ਤੇ ਹੁਣ ਜਦੋਂ ਤਿੰਨ ਹਿੱਸੇ ਰਿਪੋਰਟ ਦੇ ਜਿਹੜੇ ਬਾਕੀ ਰਹਿੰਦੇ ਨੇ ਆ ਗਏ, ਉਮੀਦ ਹੈ ਕਿ 10-12 ਦਿਨਾਂ ਦੇ ਵਿੱਚ ਉਹ ਤਿੰਨੇ ਹਿੱਸੇ ਕੈਪਟਨ ਸਾਹਿਬ ਦੇ ਕੋਲੇ ਪਹੁੰਚ ਜਾਣੇ ਆ। ਉਹਦੇ ਤੋਂ ਬਾਅਦ ਅੰਦਰ ਖਾਤੇ ਪੰਜਾਬ ਦੀ ਸਰਕਾਰ ਇਹ ਵੀ ਤਿਆਰੀ ਕਰ ਰਹੀ ਹੈ ਕਿ ਜੇ 12-13 ਅਗਸਤ ਤੱਕ ਆਪਣੇ ਕੋਲੇ ਰਿਪੋਰਟ ਦੇ ਤਿੰਨੋਂ ਹਿੱਸੇ ਹੋਰ ਆ ਗਏ ਤੇ ਆਪਾਂ 17 ਅਗਸਤ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾ ਕੇ ਇਹ ਰਿਪੋਰਟ ਜਿਹੜੀ ਹੈ ਟੇਬਲ ਤੇ ਰੱਖ ਦਈਏ, ਵਿਧਾਇਕਾਂ ਨੂੰ ਦੇ ਦਈਏ। ਦੇਖੋ ਤਿੰਨ ਮਸਲੇ ਨੇ, ਪਹਿਲਾ ਅੰਦੋਲਨਕਾਰੀਆਂ ਦੇ ਉੱਤੇ ਪੁਲਿਸ ਨੇ ਗੋਲੀ ਨੇੜਿਓਂ ਚਲਾਈ ਤੇ ਉੱਪਰੋਂ ਹੇਠਾਂ ਨੂੰ ਚਲਾਈ, ਇਹ ਇੱਕ ਬਹੁਤ ਵੱਡਾ ਮੁੱਦਾ। ਦੂਸਰੇ ਪਾਸੇ ਜਿਹੜਾ ਕੋਟਕਪੁਰਾ ਗੋਲੀ ਕਾਂਡ ਵੇਲੇ ਉੱਥੇ ਦਾ SDM ਸੀ, ਉਹ SDM ਜਿਹੜਾ ਦੁਬਾਰਾ SDM ਲਾ ਦਿੱਤਾ ਗਿਆ, ਉਹਨੂੰ ਨਾਲ ਦੀ ਨਾਲ ਇੱਕ ਹੋਰ ਡਿਵੀਜ਼ਨ ਵੀ ਦਿੱਤੀ ਗਈ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਸਰਕਾਰ ਤੇ ਖੜੇ ਆ। ਤੀਸਰੇ ਪਾਸੇ ਜਦੋਂ ਇਹ ਸਾਰੀਆਂ ਘਟਨਾਵਾਂ ਵਾਪਰੀਆਂ, ਉਸ ਵੇਲੇ ਦੇ ਇੱਕ ਸੱਤਾਧਾਰੀ ਨੇਤਾ ਦੇ ਉੱਤੇ ਜਿਹੜੇ ਦੋਸ਼ ਲੱਗਦੇ ਕਿ ਉਹ ਡੇਰਾ ਸਿਰਸਾ ਦੇ ਪ੍ਰਬੰਧਕਾਂ ਦੇ ਨਾਲ ਲੰਬੀਆਂ ਮੁਲਾਕਾਤਾਂ ਕਰਦਾ ਰਿਹਾ, ਉਹ ਵੀ ਕੰਮ ਛੱਕ ਦੇ ਘੇਰੇ 'ਚ ਹੈ। ਵੇਖਦੇ ਹਾਂ ਕਿ ਜਦੋਂ ਸਾਰੀ ਰਿਪੋਰਟ ਜਿਹੜੀ ਹੈ ਉਹ ਜਨਤਕ ਹੋ ਗਈ ਤੇ ਉਹਦੇ ਤੋਂ ਬਾਅਦ ਕਿਹਦੇ ਕਿਹਦੇ ਬੁੱਲਾਂ ਦੇ ਉੱਤੇ ਆਉਂਦੀ ਹੈ ਸਿੱਕਰੀ ਤੇ ਕਿਹਨੂੰ ਕਿਹਨੂੰ ਆਉਂਦੀਆਂ ਕੱਚੀਆਂ ਤਰੇਲੀਆਂ। ਜੀ ਬਟ ਸਾਹਿਬ, ਇਹਦੇ ਗੱਲ ਨੂੰ ਆਪਾਂ ਥੋੜ੍ਹੀ ਅੱਗੇ ਤੋਰੀਏ। ਇਹਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ, ਦੇਖੋ ਤੁਸੀਂ ਦੱਸਿਆ ਪਹਿਲਾਂ ਉਹਨਾਂ ਨੇ ਆਪਣਾ ਕਮਿਸ਼ਨ ਬਣਾਇਆ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ ਇਹਨਾਂ ਨੇ ਜਸਟਿਸ ਰਣਜੀਤ ਸਿੰਘ ਜਿਹੜਾ ਕਮਿਸ਼ਨ ਬਣਾਇਆ। ਪਹਿਲਾਂ ਅਕਾਲੀ ਦਲ ਦਾ ਇਹ ਕਹਿਣਾ ਸੀਗਾ ਕਿ ਇਹਦਾ ਕਾਂਗਰਸੀ ਕਮਿਸ਼ਨ ਹੈ ਜੀ ਤੇ ਇਹਨੂੰ ਤਾਂ ਅਸੀਂ ਮੰਨਦੇ ਨਹੀਂ, ਇਹ ਤਾਂ ਕਾਂਗਰਸ ਦੇ ਹਿਸਾਬ ਨਾਲ ਰਿਪੋਰਟ ਪੇਸ਼ ਕਰੂਗਾ। ਤੇ ਹੁਣ ਜਦੋਂ ਰਿਪੋਰਟ ਦੇ ਵਿੱਚੋਂ ਕਾਫੀ ਕੁਝ ਸਾਹਮਣੇ ਆ ਗਿਆ ਜਾਂ ਫਿਰ ਹੁਣ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿ ਰਹੇ ਨੇ ਕਿ ਅਸੀਂ ਇਹ ਜਨਤਕ ਕਰ ਦੇਣੀ ਆ, ਉਹ ਤੋਂ ਬਾਅਦ ਅਕਾਲੀ ਦਲ ਦੇ ਹੁਣ ਕੀ ਰਣਨੀਤੀ ਹੈ, ਕੀ ਬਿਆਨ ਨੇ, ਕੀ ਪ੍ਰਤੀਕਿਰਿਆ ਉਹਨਾਂ ਦੀ? ਹਰਕਮਲ ਸਿੰਘ ਜੀ, ਪੰਜਾਬ ਦੇ ਜਿਹੜੇ ਨੇਤਾ ਨੇ ਨਾ, ਮੈਨੂੰ ਕਦੇ ਕਦੇ ਲੱਗਦਾ ਹੁੰਦਾ ਉਹਨਾਂ ਦੀ ਸੋਚ ਨੂੰ ਅਧਰੰਗ ਹੋ ਗਿਆ, ਸੋਚ ਨੂੰ, ਬਾਡੀ ਨੂੰ ਜੀ, ਤੇ ਬਾਡੀ ਦਾ ਜਿਹੜਾ ਅਧਰੰਗ ਹੈ ਉਹਦੇ ਕੁਝ ਹੋਰ ਨਵੇੜੇ ਨੇ। ਸੋਚ ਦਾ ਅਧਰੰਗ ਤਾਂ ਬਹੁਤ ਖਤਰਨਾਕ ਹੁੰਦਾ, ਉਹਦੀ ਲੀਡਰਾਂ ਦੀ ਸੋਚ ਜਦੋਂ ਹੋਵੇ ਜਿਹਨਾਂ ਨੇ ਸਮਾਜ ਦੇ ਉੱਤੇ, ਦੇਸ਼ ਦੇ ਉੱਤੇ, ਸੂਬੇ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾਉਣਾ। ਬਿਲਕੁਲ, ਤੁਸੀਂ ਕਈ ਵਾਰ ਇਹ ਗੱਲ ਵੇਖੀ ਹੋਏਗੀ, ਕਿਸੇ ਪਾਰਟੀ ਦੇ ਲੀਡਰ ਤੇ 9 ਵਜੇ ਦੋਸ਼ ਲੱਗਦਾ ਕਿ ਇਹਨੇ ਜੀ ਕਰੋੜਾਂ ਦਾ ਘਪਲਾ ਕੀਤਾ, 9:02 ਤੇ ਪਾਰਟੀ ਦਾ ਪ੍ਰਧਾਨ ਕਹੂਗਾ ਨਾ ਸਾਡਾ ਬੰਦਾ ਬਿਲਕੁਲ ਪਾਕ ਸਾਫ ਬੰਦਾ ਸਿਆਸਤ ਤੋਂ ਪ੍ਰੇਰਿਤ ਤੇ ਦੋਸ਼ ਲਾਇਆ। ਤੁਸੀਂ 2 ਮਿੰਟਾਂ ਦੇ ਵਿੱਚ ਕਿੱਥੋਂ ਇਨਕੁਆਇਰੀ ਕਰਾ ਲਈ ਵੀ ਜੀ, ਕਲੀਨ ਚਿੱਟ ਤੁਸੀਂ ਜੇਬ 'ਚ ਰੱਖਦੇ ਹੋ? ਇਹ ਸੋਚ ਨੂੰ ਅਧਰੰਗ ਹੋਇਆ। ਤੁਸੀਂ ਕਹੋ ਕਿ ਬੰਦਾ ਸਾਡੀ ਪਾਰਟੀ ਦਾ ਪਾਰਟੀ 'ਚ ਰਹੂਗਾ, ਇਨਕੁਆਇਰੀ ਕਰਾਓ, 15 ਦਿਨਾਂ 'ਚ ਇਨਕੁਆਇਰੀ ਕਰਾ ਕੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰ ਲਓ। ਜੇ ਸਾਡਾ ਇਹ ਬੰਦਾ 1 ਰੁਪਈਏ ਦਾ ਵੀ ਆਵਾਜ਼ਾਰ ਹੋਇਆ ਨਾ, ਅਸੀਂ ਇਹਨੂੰ ਪਾਰਟੀ 'ਚ 1 ਮਿੰਟ ਨਹੀਂ ਰਹਿਣ ਦੇਣਾ। ਇਨਕੁਆਇਰੀ ਕਰਾਉਂਦੇ ਨੇ, ਕਲੀਨ ਚਿੱਟ ਆਪਣੇ ਨੂੰ ਲਿਖ ਕੇ ਪਈਆਂ ਰੱਖੀ, ਨਾ ਭਰ ਕੇ ਦੇਣਦੇ ਕਿ ਪਈਏ ਬੰਦੇ ਨੂੰ ਕਲੀਨ ਚਿੱਟ। ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਅਕਾਲੀ ਦਲ ਵਾਲਿਆਂ ਨੇ ਪਹਿਲੇ ਦਿਨ ਹੀ ਕਹਿਤਾ, ਨਹੀਂ ਜੀ ਇਹ ਤਾਂ ਕਾਂਗਰਸੀ ਕਮਿਸ਼ਨ ਆ, ਅਸੀਂ ਨਹੀਂ ਮੰਨਦੇ, ਇਹ ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਲਈ ਥੋੜ੍ਹੀ ਬਣਾਇਆ, ਇਹ ਤਾਂ ਸਾਡੇ ਅਕਾਲੀ ਦਲ ਦੇ ਬੰਦਿਆਂ ਨੂੰ ਫਸਾਉਣ ਲਈ ਕਮਿਸ਼ਨ ਬਣਾਇਆ। ਇਹਦੀ ਰਿਪੋਰਟ ਕਹਿੰਦੇ ਜਸਟਿਸ ਰਣਜੀਤ ਸਿੰਘ ਨੇ ਥੋੜ੍ਹੀ ਲਿਖਣੀ ਹੈ ਇਨਕੁਆਇਰੀ ਕਰਕੇ, ਇਹਦੀ ਰਿਪੋਰਟ ਦਾ ਜੋ ਕੁਝ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕਹਿਣਗੇ, ਜੋ ਕੁਝ ਪੰਜਾਬ ਦੇ ਕਾਂਗਰਸੀ ਕਹਿਣਗੇ ਉਹ ਲਿਖੀ ਜਾਣੀ ਹੈ ਤੇ ਸਾਡੇ ਬੰਦਿਆਂ ਨੂੰ ਫਸਾਉਣਾ। ਉਹ ਕਹਿੰਦੇ ਅਸੀਂ ਬਿਲਕੁਲ ਵੀ ਇਸ ਕਮਿਸ਼ਨ ਨੂੰ ਤੇ ਇਸ ਕਮਿਸ਼ਨ ਦੀ ਆਉਣ ਵਾਲੀ ਰਿਪੋਰਟ ਨੂੰ ਭੋਰਾ ਵੀ ਮਾਨਤਾ ਨਹੀਂ ਦਿੰਦੇ। ਜਿੱਥੇ ਕਿਤੇ ਅਕਾਲੀ ਗਏ ਪਿਛਲੇ 1 ਸਾਲ 'ਚ, ਉੱਥੇ ਉੱਥੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਬਾਰੇ ਉਹਨਾਂ ਨੇ ਇੱਦਾਂ ਦੀਆਂ ਗੱਲਾਂ ਕੀਤੀਆਂ। ਦੇਖੋ ਜਦੋਂ ਅਕਾਲੀ ਦਲ ਨੇ ਨਾ ਆਲੋਚਨਾ ਕਰਨੀ ਸ਼ੁਰੂ ਕਰਤੀ ਸੀ ਕਿ ਕਾਂਗਰਸੀ ਕਮਿਸ਼ਨ ਆ, ਉਦੋਂ ਤਾਂ ਜੇ ਜਸਟਿਸ ਰਣਜੀਤ ਸਿੰਘ ਨੇ ਕੰਮ ਵੀ ਨਹੀਂ ਸੀ ਸ਼ੁਰੂ ਕੀਤਾ ਜਾਂਚ ਦਾ, ਅਕਾਲੀ ਦਲ ਨੂੰ ਦੇਖੋ ਪਹਿਲੀ ਪੌਣ ਆ ਗਈ ਕਿ ਭਾਈ ਇਹ ਤਾਂ ਇੱਦਾਂ ਹੋਣਾ, ਆ ਤਾਂ ਇਹਨਾਂ ਨੇ ਸਾਡੇ ਖਿਲਾਫ਼ ਰਿਪੋਰਟਾਂ ਦੇਣੀਆਂ। ਇੰਨੀ ਵਧੀਆ ਦੂਰਦ੍ਰਿਸ਼ਟੀ, ਇੰਨੀ ਦੂਰਦ੍ਰਿਸ਼ਟੀ ਜੇ ਕਿਤੇ ਪੰਜਾਬ ਸੂਬੇ ਦੀ ਡਿਵੈਲਪਮੈਂਟ ਦੇ ਲਈ
ਜਦੋਂ 10 ਸਾਲ ਸਰਕਾਰ ਸੀ ਉੱਥੇ ਵਰਤੀ ਹੁੰਦੀ ਨਾ ਤਾਂ ਸ਼ਾਇਦ ਪੰਜਾਬ ਦਾ ਮਾੜਾ ਮੋਟਾ ਕੁਝ ਚੱਜ ਦਾ ਕੰਮ ਹੋ ਜਾਂਦਾ। ਪਰ ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਤਾ ਕਿ ਸੀਬੀਆਈ ਇਨਕੁਆਇਰੀ ਜ਼ਰੂਰੀ ਕਰਾਓ, ਅਕਾਲੀ ਦਲ ਦੀ ਸੁਰ ਬਦਲ ਗਈ। ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਬੰਦਿਆਂ ਦੇ ਸਿੱਧੇ ਨਾਂ ਨਾ ਲਿਖ ਦੇਵੇ ਕਿਤੇ ਕਮਿਸ਼ਨ, ਇਸ ਕਰਕੇ ਠੋਕ ਕੇ ਵਿਰੋਧ ਕਰੀ ਜਾਂਦੇ ਸੀ। ਕਹਿੰਦੇ ਸੀ ਅਸੀਂ ਅਦਾਲਤ ਜਾਵਾਂਗੇ, ਕੇਂਦਰ ਸਰਕਾਰ ਕੋਲ ਜਾਵਾਂਗੇ, ਇਹ ਕਮਿਸ਼ਨ ਨੂੰ ਮਾਨਤਾ ਨਹੀਂ ਦਿੰਦੇ। ਪਰ ਜਦੋਂ ਉਹਨਾਂ ਨੇ ਵੇਖਿਆ ਕਿਹਾ ਤਾਂ ਸੀਬੀਆਈ ਜਾਂਚ ਵਾਲਾ ਕੰਮ ਹੀ ਸੂਤ ਆ ਗਿਆ, 5-7 ਸਾਲ ਤਾਂ ਸੀਬੀਆਈ ਨੂੰ ਉਈ ਕੱਢਦੇ ਨੇ ਆ, ਅਕਾਲੀ ਦਲ ਨੇ ਵਿਰੋਧ ਕਰਨਾ ਬੰਦ ਕਰਤਾ। ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਸਪੋਕਸਪਰਸਨ ਨੇ, ਉਹ ਕਹਿੰਦੇ ਦੇਖੋ ਕੈਪਟਨ ਸਾਹਿਬ ਨਾ ਸਿਆਸਤ ਨਾ ਕਰਨ ਇਸ ਮੁੱਦੇ ਤੇ, ਇਸ ਮੁੱਦੇ ਤੇ ਸਿਆਸਤ ਮਾੜੀ ਹੈ, ਇਹ ਸੰਗਤ ਦੇ ਹਿਰਦੇ ਬਲੂੰਦੇ ਜਾਣ ਦਾ ਮੁੱਦਾ। ਉਹ ਕਹਿੰਦੇ ਅਸੀਂ ਤਾਂ 3 ਮਾਮਲਿਆਂ ਦੀ ਪਹਿਲੇ ਸੀਬੀਆਈ ਇਨਕੁਆਇਰੀ ਮਾਰਕ ਕਰ ਦਿੱਤੀ ਸੀ, ਸਾਰੀ ਦੁਨੀਆ ਜਾਣਦੀ ਹੈ, ਕਪਤਾਨ ਸਾਹਿਬ ਜੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੇ ਦਿਨ ਹੀ ਮਾਰਕ ਕਰ ਦਿੰਦੇ, ਹੁਣ ਨਤੀਜਾ ਆ ਜਾਣਾ ਸੀ। ਪਰ ਲੋਕ ਪੰਜਾਬ ਦੇ ਬੜੇ ਹੈਰਾਨ ਨੇ, ਜਿਹੜੇ ਪੰਜਾਬ ਦੇ ਅਕਾਲੀਆਂ ਨੇ ਹਰ ਵੇਲੇ ਪਿਛਲੇ 1 ਵਰੇ ਚ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਨੂੰ ਛੱਜ ਚ ਪਾ ਪਾ ਕੇ ਛੱਟਿਆ, ਉਹ ਅਕਾਲੀ ਦਲ ਇੱਕਦਮ ਸੁਰ ਬਦਲ ਕੇ ਬੈਠਾ। ਮੈਂ ਥੋੜੀ ਜਿਹੀ ਗੱਲ ਬਰਗਾੜੀ ਮੋਰਚੇ ਦੀ ਵੀ ਕਰ ਲਾ ਨਾਲ ਨਾਲ ਹੀ। ਦੇਖੋ ਬਰਗਾੜੀ ਦੇ ਵਿੱਚ ਵੀ ਇਹੀ ਘਟਨਾ ਹੈ, ਕਪਤਾਨ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਨਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ, ਉਹਦੇ ਤੋਂ ਬਾਅਦ ਬਰਗਾੜੀ ਦੇ ਵਿੱਚ ਬੈਠੀਆਂ ਪੰਥਕ ਧਿਰਾਂ ਕਹਿੰਦੀਆਂ ਕਿ ਜੋ ਅਕਾਲੀਆਂ ਦੀ ਸਰਕਾਰ ਕਰਦੀ ਸੀ ਉਹੀ ਕਾਂਗਰਸ ਦੀ ਸਰਕਾਰ ਕਰਨ ਲੱਗ ਪਈ। ਉਹ ਕਹਿੰਦੇ ਸੀਬੀਆਈ ਨੂੰ ਜਾਂਚ ਦੇਣ ਦਾ ਕੀ ਮਤਲਬ, ਸਿੱਧੇ ਤੌਰ ਦੇ ਉੱਤੇ ਪਰਚੇ ਦਰਜ ਕਰਕੇ ਐਕਸ਼ਨ ਲਓ, ਫਾਸਟ ਟਰੈਕ ਅਦਾਲਤਾਂ ਬਣਾ ਕੇ ਬੰਦਿਆਂ ਨੂੰ ਸਜ਼ਾਵਾਂ ਦਿਓ, ਤੁਸੀਂ ਤਾਂ ਇਸ ਮਾਮਲੇ ਨੂੰ ਬਹੁਤ ਲੰਮਾ ਪਾਈ ਜਾਂਦੇ। ਸੋ ਵੇਖਦੇ ਹਾਂ ਕਿ ਉਹਨਾਂ ਨੇ ਬਰਗਾੜੀ ਮੋਰਚੇ ਦਾ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕਰ ਲਿਆ ਤੇ ਇਸ ਫੈਸਲੇ ਦਾ ਪੰਜਾਬ ਦੀ ਸਰਕਾਰ ਦੇ ਉੱਤੇ ਪ੍ਰਭਾਵ ਪੈਂਦਾ ਕੀ ਹੈ। ਜੀ ਅਗਲੀ ਗੱਲ ਕਰ ਲਈਏ ਬਾਟ ਸਾਹਿਬ, ਹੁਣ ਆਪਾਂ ਸੁਖਪਾਲ ਸਿੰਘ ਖਹਿਰਾ ਐਂਡ ਪਾਰਟੀ ਜਾਂ ਫਿਰ ਸੁਖਪਾਲ ਸਿੰਘ ਖਹਿਰਾ ਪਾਰਟੀ ਨਾ ਆਪਾਂ ਕਹੀਏ, ਸੁਖਪਾਲ ਸਿੰਘ ਖਹਿਰਾ ਐਂਡ ਧੜਾ, ਉਹਨਾਂ ਦੇ ਧੜੇ ਵੱਲੋਂ ਅੱਜ ਬਠਿੰਡਾ ਦੇ ਵਿੱਚ ਜਿਹੜੀ ਕਨਵੈਨਸ਼ਨ ਸੱਦੀ ਗਈ ਹੈ, ਹੁਣ ਤੱਕ ਦੀ ਤਾਜ਼ਾ ਰਿਪੋਰਟ ਉੱਥੋਂ ਦੀ ਕੀ ਹੈ, ਕੀ ਕੁਝ ਚੱਲ ਰਿਹਾ ਅਤੇ ਕਿੰਨਾ ਕੁ ਹੁੰਗਾਰਾ ਮਿਲਣ ਦੀ ਸੰਭਾਵਨਾ ਉੱਥੇ? ਦੇਖੋ ਹਰਕਮਲ ਸਿੰਘ ਜੀ, ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਜੀ। ਹਾਲ ਦੀ ਘੜੀ ਤੱਕ ਦੇਖੋ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਕੁਝ ਲੀਡਰ ਆ ਗਿਆ ਸੀ, ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਤਾਂ ਸਵੇਰ ਦੇ ਇੱਥੇ ਸੀ, ਜੱਸੀ ਜਸਰਾਜ ਵੀ ਪਹੁੰਚ ਗਿਆ ਪਾਵਾ ਲੈ ਕੇ, ਬੀਬੀ ਨਵਜੋਤ ਕੌਰ ਲੰਬੀ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਸਟਾਰ ਪ੍ਰਚਾਰਕ ਹੈ, ਉਹ ਬੀਬੀ ਵੀ ਕਹਿੰਦੀ ਸੀ ਕਿ ਭਾਈ ਅਸੀਂ ਇੱਧਰਲੇ ਪਾਸੇ ਹਾਂ। ਗੁਰਪ੍ਰੀਤ ਸਿੰਘ ਘੁੱਗੀ ਵੜੈਂਚ ਨੇ ਵੀ ਕਹਿ ਤਾ ਸੀ ਕਿ ਮੈਂ ਤਾਂ ਨਹੀਂ ਜਾਣਾ, ਮੇਰਾ ਹੁਣ ਪਾਰਟੀ ਨਾਲ ਸੰਬੰਧ ਕੋਈ ਨਹੀਂ, ਪਰ ਕਹਿੰਦੇ ਮੈਂ ਆਪਣੇ ਵੱਲੋਂ ਬੇਨਤੀ ਕਰ ਦਿੰਦਾ, ਪੰਜਾਬੀਆਂ ਦਾ ਸੱਚਾ ਹਮਦਰਦ ਹੈ ਖਹਿਰਾ, ਚੰਗੇ ਮੁੱਦੇ ਚੁੱਕਦਾ, ਜੇ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਸੱਚੀ ਮੁੱਚੀ ਬਚਿੱਤੀ ਚ ਪਿਆ ਤਾਂ ਉਹ ਖਹਿਰਾ ਸਾਹਿਬ ਦੀ ਕਾਨਫਰੰਸ ਵਿੱਚ ਚਲੇ ਜਾਏ। ਹੁਣ ਇਹ 2 ਘੰਟੇ ਬਾਅਦ ਸਿੱਧੀਆਂ ਸਪਸ਼ਟ ਹੋਣੀਆਂ ਕਿ ਕਿੰਨਾ ਇਕੱਠ ਹੋਇਆ, ਗਿਣਤੀ ਮਿਣਤੀ, ਕਿੰਨੇ ਵਿਧਾਇਕ ਆਏ ਤੇ ਕਿੰਨੇ ਨਹੀਂ ਆਏ, ਕਿਉਂਕਿ ਕਈ ਜਗ੍ਹਾ ਦੇ ਉੱਤੇ ਪਤਾ ਲੱਗਿਆ ਕਿ ਜਾਮ ਵੀ ਲੱਗਿਆ, ਉਹ ਜਿੱਥੇ ਵੀ ਕਿਤੇ ਜਾਮ ਲੱਗਾ ਆਉਂਦੇ ਆ ਜਾਂਦੇ ਆ ਬੰਦੇ ਲੇਟ ਹੋ ਜਾਂਦੇ ਆ। ਪਰ ਮੁੱਢਲੇ ਰੂਪ ਦੇ ਵਿੱਚ ਇਕੱਠ ਵੇਖਦੇ ਆ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਇੱਕ ਚੰਗਾ ਸ਼ਕਤੀ ਪ੍ਰਦਰਸ਼ਨ ਕਰਨ ਦੇ ਵਿੱਚ ਕਾਮਯਾਬ ਜਿਹੜਾ ਉਹ ਜ਼ਰੂਰ ਰਹਿਣਗੇ। ਪਰ ਇਹਦੇ ਤੋਂ ਪਹਿਲਾਂ ਕਈ ਕੁਝ ਹਰਕਮਲ ਸਿੰਘ ਜੀ ਐਸਾ ਵਾਪਰਿਆ ਜਿਹੜਾ ਨਾ ਵਾਪਰਦਾ ਤਾਂ ਚੰਗਾ ਹੁੰਦਾ। ਅਰਵਿੰਦ ਕੇਜਰੀਵਾਲ ਸਾਹਿਬ ਬਹੁਤ ਵੱਡੇ ਲੀਡਰ ਨੇ, ਦੇਖੋ ਮੈਂ ਵਾਰ ਵਾਰ ਇਹ ਗੱਲ ਕਹਿੰਦਾ ਹੁੰਦਾ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਘੱਟ ਸਾਧਨ ਹੁੰਦਿਆਂ ਵੀ, ਬਹੁਤ ਸਾਰੀਆਂ ਲਿਮੀਟੇਸ਼ਨਸ ਹੁੰਦਿਆਂ ਵੀ ਅਰਵਿੰਦ ਕੇਜਰੀਵਾਲ ਨੇ ਚੰਗਾ ਕੰਮ ਕੀਤਾ। ਉਹ ਦਿੱਲੀ ਦੇ ਬਾਕੀ ਮੁੱਖ ਮੰਤਰੀ ਭਾਵੇਂ ਉਹ ਸਾਧ ਸਿੰਘ ਵਰਮਾ, ਭਾਵੇਂ ਮਦਨ ਲਾਲ ਖੁਰਾਣਾ, ਭਾਵੇਂ ਸ਼ੀਲਾ ਦੀਕਸ਼ਿਤ ਜੀ, ਉਹਨਾਂ ਦੇ ਨਾਲੋਂ ਇੱਕ ਚੰਗੇ ਮੁੱਖ ਮੰਤਰੀ ਅੱਜ ਦੀ ਤਰੀਕ ਤੱਕ ਸਿੱਧ ਹੋਏ ਆ, ਉਸ ਗੱਲ ਦੇ ਵਿੱਚ ਉਹਨਾਂ ਤੇ ਸ਼ੱਕ ਨਹੀਂ ਕੀਤੀ ਜਾ ਸਕਦੀ। ਪਰ ਪਾਰਟੀ ਦੀਆਂ ਦਿੱਲੀ ਤੋਂ ਬਾਹਰਲੀਆਂ ਇਕਾਈਆਂ ਨੂੰ ਚਲਾਉਣ ਦੇ ਵਿੱਚ ਉਹ ਅਨਾੜੀ ਸਿੱਧ ਹੋਏ ਆ, ਕਦੇ ਕਦੇ ਲੱਗਦਾ ਹੁੰਦਾ ਕਿ ਕੰਨਾਂ ਦੇ ਕੱਚੇ ਬਹੁਤ ਆ, ਇਸੇ ਕਰਕੇ ਪਾਰਟੀ ਉਹਨਾਂ ਨੇ ਦਿੱਲੀ ਤੋਂ ਬਾਹਰ ਖਰਾਬ ਕਰ ਲਈ। ਅਰਵਿੰਦ ਕੇਜਰੀਵਾਲ ਨੇ ਪਹਿਲੀ ਗਲਤੀ 3 ਦਿਨ ਪਹਿਲਾਂ ਕੀਤੀ ਸੀ ਜਦੋਂ ਉਹਨਾਂ ਨੇ ਸਿਮਰਜੀਤ ਸਿੰਘ ਬੈਂਸ ਤੇ ਇੱਕ ਪੱਪੂ ਸ਼ਬਦ ਵਾਲੇ ਟਵੀਟ ਨੂੰ ਰੀਟਵੀਟ ਕੀਤਾ, ਦੂਜੀ ਗਲਤੀ ਹੁਣ ਕਰ ਲਈ। ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਕਿਉਂ ਵਿਚਾਰ ਰੱਖੀ, ਅਰਵਿੰਦ ਕੇਜਰੀਵਾਲ ਇੱਕ ਪਾਰਟੀ ਦੇ ਕੌਮੀ ਕਨਵੀਨਰ ਨੇ, ਉਹ ਦਿੱਲੀ ਦੇ ਮੁੱਖ ਮੰਤਰੀ ਆ, ਉਹ ਸਿਮਰਜੀਤ ਸਿੰਘ ਬੈਂਸ ਦੇ ਟਵੀਟ ਨੂੰ ਰੀਟਵੀਟ ਕਿਉਂ ਕਰਨ, ਜਿਹੜਾ ਸਿਮਰਜੀਤ ਬੈਂਸ ਕੇਵਲ ਤੇ ਕੇਵਲ 2 ਵਿਧਾਇਕਾਂ ਵਾਲੀ ਪਾਰਟੀ ਦਾ ਪ੍ਰਧਾਨ ਹੈ, ਸਟੈਂਡਰਡ 'ਚ ਬੜਾ ਫਰਕ ਹੈ ਨਾ ਪੱਧਰ ਦੇ ਵਿੱਚ, ਪਰ ਕੇਜਰੀਵਾਲ ਸਾਹਿਬ ਹੇਠਾਂ ਨੂੰ ਆ ਗਏ। ਹੁਣ ਹੋਇਆ ਕੀ, ਦੇਖੋ ਅੱਜ ਖਹਿਰਾ ਸਾਹਿਬ ਨੇ ਕਿਹਾ ਸੀ ਕਿ 12-13 ਵਿਧਾਇਕ ਦੀਆਂ ਦੇ ਵਿੱਚੋਂ ਸਾਡੇ ਨਾਲ ਆਉਣਗੇ, ਤੇ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਐਨ ਉਸੇ ਵੇਲੇ ਮੀਟਿੰਗ ਸੱਦ ਲਈ, ਦਿੱਲੀ ਕਿ ਦਿੱਲੀ ਆਓ। ਹੁਣ 6 ਮਹੀਨੇ ਪਿਛਲੇ ਦੇਖ ਲਈਏ, ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਸਾਂਝੀ, ਆ 4 ਦਿਨ ਦੋਵਾਂ ਧੜਿਆਂ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕ ਦਿੱਲੀ ਰਹਿ ਕੇ ਆਏ ਆ। ਜੇ ਕੇਜਰੀਵਾਲ ਸਾਹਿਬ ਨੇ ਕੋਈ ਬਹੁਤ ਮਹੱਤਵਪੂਰਨ ਗੱਲ ਕਰਨੀ ਸੀ ਉਹਨਾਂ ਦਿਨਾਂ ਦੇ ਵਿੱਚ ਕਰ ਲੈਂਦੇ, ਹੁਣ 20 MLA ਦਿੱਲੀ ਭੱਜੇ ਜਾਣਗੇ, ਤੇਲ ਫੂਕ ਕੇ ਵਾਪਸ ਆਉਣਗੇ, ਸਮਾਂ ਵੀ ਖਰਾਬ ਕਰਨਗੇ, 20 ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਵਾਲੇ ਨਵਾਂ ਨੇ ਤਾਂ ਜਾਣਾ ਨੀ, ਬਾਕੀਆਂ ਦਾ ਪਤਾ ਨੀ ਕਿੰਨੇ ਆਉਂਦੇ ਆ ਕਿੰਨੇ ਨਹੀਂ ਆਉਂਦੇ ਜੀ। ਪਰ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਅਰਵਿੰਦ ਕੇਜਰੀਵਾਲ ਦੇ ਮਿਆਰ ਦੇ ਮੁਤਾਬਕ ਮੇਚ ਕੇ ਨਹੀਂ ਵੇਖਿਆ ਜਾ ਰਿਹਾ। ਬਹੁਤੇ ਲੋਕ ਕਹਿੰਦੇ ਕਿ ਗਲਤ ਕੀਤਾ,
अरविंद केजरीवाल इदां दीआं सियासी चालां ना चलदा तां चंगा सी, क्योंकि केजरीवाल साहब चेते रखण, केजरीवाल समझण कि लोकां ने उहनां नूं वोटां पा के वड्डा लीडर इस करके बनाया सी क्योंकि वह वक्खरे तरह की राजनीति करन दा दावा करके आए सी, क्योंकि वह कहिंदे सी कि असीं राजनीति दा मौजूदा बुरा ढांचा गंदा हो चुका ढांचा तब्दील कर देना, पर जिहड़ियां हुण सत्त्यां वालियां राजनीतियां खेडण लग पए, आ कूटनीतियां दीआं खेडण लग पए कि खैरे दे विच घट तों घट एमएलए जाण मैं ऐं कर लैना, ये अपने आप दे विच रवायती सियासत ही है, रवायती सियासत तों अगे पिछे कुछ नहीं है, इधरले पासे केजरीवाल साहब नूं ध्यान देना चाहिए सी। दूसरा देखो अज पंजाब की सियासत का बड़ा इंपोर्टेंट दिन है, सुखपाल सिंह खहरा ते उहनां दे धड़े दे बाकी अठ एमएलए दे लई महत्वपूर्ण दिन है, अज दे सुखपाल सिंह खहरा द्वारा बुलाए गए इकट्ठ ने ये गल जिहड़ी है ਉਹ ਹਰਕਮਲ ਸਿੰਘ ਦੀ ਸਾਫ ਕਰਨੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੁੱਖ ਇਕਾਈ ਦਾ ਹਸ਼ਰ ਕੀ ਹੋਏਗਾ। ਮੈਂ ਥੋੜੀਆਂ ਜਿਹੀਆਂ ਗੱਲਾਂ ਦੱਸ ਦਿੰਦਾ, ਵੱਖ ਵੱਖ ਦੇਸ਼ਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਯੂਨਿਟ ਨੇ ਨਾ ਉਹਨਾਂ ਦੇ ਵਿੱਚੋਂ ਬਹੁਤਿਆਂ ਨੇ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ਕਰਤੀ ਹੈ, ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਨਸੀਹਤਾਂ ਵੀ ਦਿੱਤੀਆਂ ਕਿ ਚੰਗੇ ਤਰੀਕੇ ਕੰਮ ਕਰੋ, ਪੰਜਾਬ ਨੂੰ ਆਪਣੇ ਫੈਸਲੇ ਪੰਜਾਬ 'ਚ ਕਰਨ ਦਿਓ। ਇੱਥੋਂ ਤੱਕ ਕਿ ਕੁਝ ਇੱਕ ਦੇਸ਼ਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਵੀ ਕਹਿ ਤਾ ਕਿ ਜਿਹੜਾ ਐਮਐਲਏ ਅੱਜ ਬਠਿੰਡੇ ਨਾਲ ਨਾ ਗਿਆ ਦਿੱਲੀ ਵਾਲਿਆਂ ਦੀ ਝੋਲੀ ਪੈ ਗਿਆ, ਉਸ ਐਮਐਲਏ ਨੂੰ ਅਸੀਂ ਆਪਣੇ ਦੇਸ਼ਾਂ ਦੇ ਵਿੱਚ ਆਉਣ ਤਾਂ ਦੇਵਾਂਗੇ ਪਰ ਸਵਾਗਤ ਨਹੀਂ ਕਰਾਂਗੇ, ਪਹਿਲਾਂ ਅਸੀਂ ਤੁਹਾਨੂੰ ਹੱਥੀਂ ਛਾਵਾਂ ਕਰਦੇ ਸੀ, ਅਸੀਂ ਤੁਹਾਡੇ ਪੈਰ ਫੁੱਲਾਂ ਦੇ ਉੱਤੇ ਰੱਖਣ ਦਿੰਦੇ ਸੀ, ਕਦੇ ਸੜਕ ਤੇ ਨਹੀਂ ਸੀ ਰੱਖਣ ਦਿੱਤੇ, ਤੇ ਹੁਣ ਫਿਰ ਤੁਹਾਨੂੰ ਅਸੀਂ ਦੱਸਾਂਗੇ ਜੇ ਤੁਸੀਂ ਪੰਜਾਬ ਦੇ ਸਕੇ ਨਹੀਂ ਤਾਂ ਅਸੀਂ ਤੁਹਾਡੇ ਸਕੇ ਨਹੀਂ। ਸੋ ਕੁੱਲ ਮਿਲਾ ਕੇ ਅੱਜ ਸਿਆਸੀ ਪਾਰਾ ਜਿਹੜਾ ਬਹੁਤ ਉੱਪਰ ਤੱਕ ਪੰਜਾਬ 'ਚ ਜਾਣਾ, ਵੇਖਦੇ ਹਾਂ ਇਕੱਠ ਕਿੰਨਾ ਕੁ ਹੁੰਦਾ, ਐਮਐਲਏ ਕਿੰਨੇ ਕੁ ਆਉਂਦੇ ਆ, ਦਿੱਲੀ ਦਰਬਾਰ ਦੀਆਂ ਹਾਜ਼ਰੀਆਂ ਕਿੰਨੇ ਕੁ ਐਮਐਲਏ ਜਾ ਕੇ ਭਰਦੇ ਆ, ਤੇ ਸੁਖਪਾਲ ਸਿੰਘ ਖਹਿਰਾ ਹਾਜ਼ਰ ਹੋਣ ਵਾਲੇ ਵਲੰਟੀਅਰ ਜਿਹੜੇ ਨੇ ਉਹਨਾਂ ਨੂੰ ਕਿੰਨਾ ਕੁ ਵਧੀਆ ਪ੍ਰੋਗਰਾਮ ਦੇਣ ਦੇ ਵਿੱਚ ਕਾਮਯਾਬ ਹੁੰਦੇ ਆ ਜੀ। ਅਗਲੀ ਖਬਰ ਬਾਠ ਸਾਹਿਬ ਗੈਰ ਕਾਨੂੰਨੀ ਪ੍ਰਵਾਸ ਦੇ ਸੰਬੰਧ ਵਿੱਚ ਹੈ, ਜਿਵੇਂ ਕਿ ਕੱਲ੍ਹ ਹੀ ਤੁਸੀਂ ਸਾਨੂੰ ਦੱਸਿਆ ਸੀਗਾ ਕਿ ਮਹੀਨੇ ਦੇ ਵਿੱਚ ਕਈ ਘਟਨਾਵਾਂ ਵਾਪਰ ਜਾਂਦੀਆਂ ਨੇ ਗੈਰ ਕਾਨੂੰਨੀ ਪ੍ਰਵਾਸ ਦੇ ਨਾਂ 'ਤੇ, ਜਿਹੜੇ ਦੋ ਨੰਬਰ ਵਾਲੇ ਏਜੰਟ ਨੇ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾਉਂਦੇ ਨੇ। ਕੱਲ੍ਹ ਵੀ ਤੁਸੀਂ ਸਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਇੱਕ ਬੜੀ ਵੱਡੀ ਠੱਗੀ ਗੈਰ ਕਾਨੂੰਨੀ ਪ੍ਰਵਾਸ ਦੇ ਨਾਂ 'ਤੇ ਵੱਜੀ ਹੈ, ਭਾਵੇਂ ਕਿ ਕਾਫੀ ਇਹ ਕੇਸ ਹੁੰਦੇ ਨੇ ਵਿੱਚੋਂ ਤੁਸੀਂ ਸਾਡੇ ਨਾਲ ਸਾਂਝੇ ਵੀ ਕਰਦੇ ਰਹਿੰਦੇ ਹੋ। ਹੁਣ ਇੱਕ ਹੋਰ ਅੱਜ ਖਬਰ ਸੁਣਨ 'ਚ ਆ ਰਹੀ ਹੈ ਕਿ ਇਹ ਗੈਰ ਕਾਨੂੰਨੀ ਪ੍ਰਵਾਸ ਦੇ ਨਾਂ 'ਤੇ ਇੱਕ ਹੋਰ ਗੱਭਰੂ ਦੀ ਜਾਨ ਗਈ ਹੈ, ਇਹਦੇ ਬਾਰੇ ਵੀ ਸਾਨੂੰ ਥੋੜ੍ਹਾ ਡਿਟੇਲ ਨਾਲ ਦੱਸ ਦਿਓ ਕਿਵੇਂ ਵਾਪਰੀ ਇਹ ਕਹਾਣੀ। ਕਮਲ ਸਿੰਘ ਜੀ, ਇਹ ਬਹੁਤ ਨਿਰਾਸ਼ ਕਰਨ ਵਾਲੀ ਖਬਰ ਹੈ। ਕੱਲ੍ਹ ਜਿਹੜੀ ਆਪਾਂ ਗੱਲ ਸਾਂਝੀ ਕੀਤੀ ਸੀ ਉਹਦੇ ਵਿੱਚ ਚਲੋ ਪਰਿਵਾਰ ਦੇ ਪੈਸੇ ਗਏ, ਮੁੰਡਾ ਬਚ ਗਿਆ, ਮੁੰਡਾ ਵਾਪਸ ਆ ਗਿਆ ਸੀ ਪੰਜਾਬ, ਇੰਨਾ ਕੁ ਪ੍ਰਵਾਸ ਸੀ। ਪਰ ਅੱਜ ਜਿਹੜੀ ਘਟਨਾ ਜੀ ਨਵਾਂ ਸ਼ਹਿਰ ਬਲਾਚੌਰ ਦੇ ਨੇੜਲਾ ਪਿੰਡ ਮਝੂਟ ਹੈ ਉੱਥੋਂ ਦੀ ਹੈ। ਇੱਥੇ ਇੱਕ ਨੌਜਵਾਨ ਨੂੰ ਟਰੈਵਲ ਏਜੰਟਾਂ ਨੇ ਯੂਨਾਨ ਭੇਜਣਾ ਸੀ ਗ੍ਰੀਸ, ਤੇ ਜਦੋਂ ਗ੍ਰੀਸ ਭੇਜਣਾ ਸੀ ਤਾਂ ਰਾਹ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਸਰਹੱਦ ਪਾਰ ਕਰਦੇ ਦੀ ਮੁੰਡੇ ਦੀ ਮੌਤ ਹੋ ਗਈ। ਦੋ ਭੈਣਾਂ ਦਾ ਇੱਕੋ ਇੱਕ ਭਰਾ, ਮਾਪਿਆਂ ਦਾ ਇੱਕੋ ਇੱਕ ਸਹਾਰਾ, ਉਹ ਚਲਿਆ ਗਿਆ। ਹੁਣ ਇਹਦੇ ਬਾਪ ਤਰਸੇਮ ਲਾਲ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਾਈ ਹੈ। ਸ਼ਿਕਾਇਤ ਦੇ ਵਿੱਚ ਤਰਸੇਮ ਲਾਲ ਨੇ ਦੱਸਿਆ ਕਿ ਉਹ ਕਹਿੰਦੇ ਕਿ 2018 ਜਿਹੜਾ ਚੱਲ ਰਿਹਾ ਵਰਾ, ਇਹਦੇ ਫਰਵਰੀ ਮਹੀਨੇ 'ਚ ਰਾਜੂ ਮਾਜਰਾ ਪਿੰਡ ਦਾ ਇੱਕ ਰਕੇਸ਼ ਕੁਮਾਰ ਹੈ, ਗ੍ਰੀਸ ਰਹਿੰਦਾ, ਉਹ ਵਾਪਸ ਆਇਆ ਤੇ ਮੇਰੇ ਪੁੱਤ ਮਨਜਿੰਦਰ ਨੂੰ ਉਹ ਕਹਿੰਦਾ ਮੈਂ ਵਿਦੇਸ਼ ਲੈ ਜਾਂਦਾ ਵਰਕ ਪਰਮਿਟ ਗ੍ਰੀਸ ਦਾ, ਰੁਪਈਆ 5.5 ਲੱਖ ਲੱਗੂ, ਪ੍ਰਬੰਧ ਕਰ ਲਓ ਜੇ ਕਰਨਾ। ਉਹ ਕਹਿੰਦੇ ਅਸੀਂ ਸੋਚਿਆ ਕਿ ਇੱਥੇ ਕੰਮ ਕਰਦਾ ਵੀ ਤਾਂ ਔਖਾ ਹੀ ਆ, ਪੰਜਾਬ 'ਚ 5.5 ਲੱਖ ਰੁਪਈਏ ਦਾ ਔਖੇ ਸੌਖੇ ਹੋ ਕੇ ਇੰਤਜ਼ਾਮ ਕਰ ਲੈਂਦੇ ਹਾਂ, ਮੁੰਡਾ ਗ੍ਰੀਸ ਚਲੇ ਜਾਊ, ਕਿਤੇ ਕੰਮ ਧੰਦੇ ਲੱਗ ਜਾਊ, ਜੀਵਨ ਪੱਧਰ ਉਹਦਾ ਉੱਚਾ ਹੋ ਜਾਊ, ਚੰਗੀ ਗੱਲ ਹੈ, ਸਾਡੀ ਤਾਂ ਜਿੰਨੀ ਲੰਘਣੀ ਸੀ ਲੰਘ ਲੁੰਘ ਗਈ ਹੈ, ਘੱਟੋ ਘੱਟ ਸਾਡੇ ਪੁੱਤ ਦੀ ਜ਼ਿੰਦਗੀ ਸਵਰ ਜੂ, ਨਾਲੇ ਵਰਕ ਪਰਮਿਟ ਤੇ ਜਾਣਾ, ਸਿੱਧਾ ਭਾਰਤ ਤੋਂ ਬੈਠਣਾ ਫਲਾਈਟ ਤੇ, ਗ੍ਰੀਸ ਜਾ ਕੇ ਉਤਰਨਾ, ਕੋਈ ਚਿੰਤਾ ਹੀ ਨਹੀਂ, ਕੋਈ ਫਿਕਰ ਹੀ ਨਹੀਂ, ਕੋਈ ਜੋਖਮ ਹੀ ਨਹੀਂ। ਚਲੋ ਇਹ 5.5 ਲੱਖ ਰੁਪਈਏ ਦੇ ਤੇ 13 ਜੂਨ ਨੂੰ, ਆ ਪਿਛਲੇ ਮਹੀਨੇ, ਪਿਛਲੇ ਤੋਂ ਪਿਛਲੇ ਸੋਰੀ, ਉਹ ਕਹਿੰਦੇ ਕਿ ਉਹ ਜਿਹੜਾ ਟੈਲੀਫੋਨ ਕੀਤਾ ਏਜੰਟ ਨੇ ਕਿ 20 ਜੂਨ ਨੂੰ ਤੁਹਾਡੇ ਸਵੇਰੇ ਦਿੱਲੀ ਤੋਂ ਫਲਾਈਟ ਹੈ, ਤੁਹਾਨੂੰ ਤੁਹਾਡਾ ਵੀਜ਼ਾ ਪਾਸਪੋਰਟ ਟਿਕਟ ਮੈਂ ਉੱਥੋਂ ਕਰਾ ਦੇ। ਸਾਰਾ ਟੱਬਰ ਗਿਆ ਮੁੰਡੇ ਨੂੰ ਚੜਾਉਣ, ਜਦੋਂ ਸਾਰਾ ਟੱਬਰ ਮੁੰਡੇ ਨੂੰ ਦਿੱਲੀ ਛੱਡਣ ਗਿਆ ਉੱਥੇ ਏਜੰਟ ਨੇ ਪਾਸਪੋਰਟ ਦਿੱਤਾ ਤੇ ਪਾਸਪੋਰਟ ਦੇ ਉੱਤੇ ਵੀਜ਼ਾ ਗ੍ਰੀਸ ਦਾ ਨਹੀਂ ਤੁਰਕੀ ਦਾ ਸੀ, ਤੁਰਕੀ ਗ੍ਰੀਸ ਦਾ ਗੁਆਂਢੀ ਮੁਲਕ ਹੈ ਜੀ। ਹੁਣ ਉਹ ਤੁਰਕੀ ਦਾ ਵੀਜ਼ਾ ਸੀ, ਕਹਿੰਦੇ ਅਸੀਂ ਪੁੱਛਿਆ ਆਹ ਕੀ, ਉਹ ਕਹਿੰਦੇ ਘਬਰਾਉਣਾ ਨੀ, ਆਪਾਂ ਤੁਰਕੀ ਜਾਣਾ, ਆ ਤੁਰਕੀ ਤੋਂ ਅਗਲੇ ਦਿਨ ਦੀ ਆਪਣੀ ਫਲਾਈਟ ਹੈ, ਆਪਾਂ ਉੱਥੋਂ ਬੁਕਿੰਗ ਕਰਾਈ ਹੋਈ ਹੈ। ਚਲੋ ਟੱਬਰ ਨੇ ਮੁੰਡਾ ਬਿਠਾਤਾ ਜੀ, ਉੱਥੇ ਜਾ ਕੇ ਮੁੰਡੇ ਦਾ ਫੋਨ ਆਇਆ 19 ਜੁਲਾਈ ਨੂੰ, 21 ਜੂਨ ਨੂੰ। ਮਨਜਿੰਦਰ ਸਿੰਘ ਕਹਿੰਦਾ ਕਿ ਤੁਰਕੀ 'ਚ ਮੇਰਿਆ ਗਿਆ ਸੈਂਕੜਾ ਮੁੰਡਾ ਪੰਜਾਬੀਆਂ ਦਾ, ਇੱਥੇ ਤੁਰਕੀ ਦੇ ਤੇ ਗ੍ਰੀਸ ਦੇ ਵਿਚਾਲੇ ਬਾਰਡਰ ਦੇ ਵਿਚਾਲੇ ਇੱਕ ਬਹੁਤ ਤਕੜੀ ਨਹਿਰ ਹੈ, ਪਾਣੀ ਬੜਾ ਤੇਜ਼ ਵਗਦਾ, ਉਹਨੂੰ ਪਾਰ ਕਰਕੇ ਕਹਿੰਦੇ ਗ੍ਰੀਸ ਦੇ ਵਿੱਚ ਅਸੀਂ 2 ਨੰਬਰ ਦੇ ਵਿੱਚ ਦਾਖਲ ਹੋਣਾ, ਇਹ ਫਲਾਈਟ ਫਲੂਇਟ ਵਾਲੀ ਗੱਲ ਝੂਠੀ ਸੀ, ਆਪਾਂ ਨੂੰ ਇਹਨੇ ਧੋਖੇ 'ਚ ਰੱਖਿਆ।
ਤੇ ਕਈ ਮੁੰਡੇ ਕਹਿੰਦੇ ਪਾਰ ਕਰ ਜਾਂਦੇ ਆ, ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਈ ਬੰਦੇ ਰੁੜ ਜਾਂਦੇ ਆ। ਹੁਣ ਉਹਦੇ ਤੋਂ ਬਾਅਦ 19 ਜੁਲਾਈ ਨੂੰ ਟੈਲੀਫੋਨ ਆਉਂਦਾ ਏਜੰਟ ਰਾਕੇਸ਼ ਕੁਮਾਰ ਦਾ। ਉਹ ਕਹਿੰਦਾ ਜੀ ਦੇਖੋ ਤੁਹਾਡਾ ਮੁੰਡਾ ਸਰਹੱਦ ਪਾਰ ਕਰਦਾ ਸੀ ਤੁਰਕੀ ਵਾਲੀ, ਲਾਪਤਾ ਹੋ ਗਿਆ, ਅਸੀਂ ਲੱਭਣ ਦਾ ਯਤਨ ਕਰ ਰਹੇ ਹਾਂ, ਜਿੱਦਾਂ ਹੀ ਲੱਭਦਾ ਮੈਂ ਤੁਹਾਨੂੰ ਦੱਸਦਾ। ਦੁਬਾਰਾ ਟੈਲੀਫੋਨ ਨਹੀਂ ਆਇਆ। 27 ਜੁਲਾਈ ਨੂੰ ਜਾਣੀ ਕਿ 4 ਦਿਨ ਪਹਿਲਾਂ ਰੈਲ ਮਾਜਰਾ ਦਾ ਇੱਕ ਮੋਹਲ ਵਾਲਾ ਮੁੰਡਾ, ਉਹਦਾ ਟੈਲੀਫੋਨ ਆਉਂਦਾ ਹੈ ਪਰਿਵਾਰ ਨੂੰ। ਉਹ ਕਹਿੰਦੇ ਜੀ ਦੇਖੋ ਮੈਂ ਤੁਹਾਡੇ ਬੇਟੇ ਤੋਂ ਹੀ ਨੰਬਰ ਲਿਆ ਸੀ, ਅਸੀਂ ਇੱਕ ਦੂਜੇ ਨੰਬਰ ਪਰਿਵਾਰਾਂ ਦੇ ਦਿੱਤੇ ਸੀ, ਅਸੀਂ ਬਾਕੀ ਬੰਦੇ ਤਾਂ ਪਾਰ ਕਰ ਗਏ, ਇੱਕ ਦੋ ਮੁੰਡੇ ਜਿਹੜੇ ਪਾਣੀ ਚ ਰੁੜ ਗਏ ਜਿਨ੍ਹਾਂ ਦੇ ਵਿੱਚ ਤੁਹਾਡਾ ਮਨਿੰਦਰ ਵੀ ਹੈ। ਮੈਂ ਤੁਹਾਨੂੰ ਇਸ ਕਰਕੇ ਇਨਫੋਰਮ ਕਰ ਰਿਹਾ ਕਿ ਕਿਤੇ ਏਜੰਟ ਦੀਆਂ ਝੂਠੀਆਂ ਸੱਚੀਆਂ ਗੱਲਾਂ 'ਚ ਨਾ ਆ ਜਾਇਓ। ਮੁੰਡੇ ਤੁਹਾਡੇ ਦੀ ਲਾਸ਼ ਵੀ ਮੁੜਨੀ ਨਹੀਂ, ਉਹ ਤਾਂ ਹੁਣ ਤੱਕ ਸਮੁੰਦਰ 'ਚ ਪਹੁੰਚ ਚੁੱਕੀ ਹੋਈ ਹੈ, ਚਲੋ ਟੱਬਰ ਦੇ ਵਿੱਚ 70 ਵਿਛਕ ਹੈ। ਦੇਖੋ ਕਿਵੇਂ ਕਿਵੇਂ ਦਾ ਮਾਹੌਲ ਹੈ। ਕਿਹਾ ਜਾਂਦਾ ਕਿ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗੇ, ਮੁੜ ਕੇ ਸਰਹੱਦਾਂ ਪਾਰ ਕਰਾਈਆਂ ਜਾਂਦੀਆਂ। ਇਹ ਇਕੱਲਾ ਤੁਰਕੀ ਵਾਲਾ ਮਸਲਾ ਨਹੀਂ, ਉਹ ਦੂਸਰੇ ਪਾਸੇ ਦੇਖੀਏ ਤਾਂ ਮੋਰੱਕੋ ਤੋਂ ਪੁਰਤਗਾਲ ਦਾ ਜਿਹੜਾ ਬਾਰਡਰ ਹੈ ਬਹੁਤ ਹੀ ਦੂਰ ਨਹੀਂ ਹੈ, ਸਮੁੰਦਰ ਪੈਂਦਾ ਵਿਚਾਲੇ ਵਿੱਚ ਬਹੁਤ। ਉਧਰਲੇ ਪਾਸੇ ਵੀ ਤੇਜ਼ ਗਤੀ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਕਰਾਇਆ ਜਾਂਦਾ, ਤੇ ਬਹੁਤੀ ਵਾਰ ਉੱਥੇ ਵੀ ਹਾਦਸੇ ਹੁੰਦੇ ਆ। ਆ ਪਿਛਲੇ ਦਿਨਾਂ ਦੇ ਵਿੱਚ ਹੀ ਆਪਾਂ ਕੋਲੰਬੀਆ 'ਚ ਮਰੇ ਮੁੰਡੇ ਦੀ ਗੱਲ ਕੀਤੀ, ਆ ਪਿਛਲੇ ਦਿਨਾਂ ਦੇ ਵਿੱਚ ਮਹਾਮਸਟਾਪੂ ਦੀਆਂ ਗੱਲਾਂ ਕੀਤੀਆਂ, ਪਰ ਇਹਦੇ ਬਾਵਜੂਦ ਵੀ ਪੰਜਾਬ ਦੇ ਵਿੱਚੋਂ ਸਿੱਧਾ ਸਿੱਧਾ ਗੈਰ ਕਾਨੂੰਨੀ ਪ੍ਰਵਾਸ ਕਰਨ ਦਾ ਸਿਲਸਿਲਾ ਜਿਹੜਾ ਨਾ ਉਹ ਕਿਤੇ ਨਾ ਕਿਤੇ ਚੱਲੀ ਜਾਂਦਾ। ਬੰਦ ਜ਼ਰੂਰ ਹੋਣਾ ਚਾਹੀਦਾ, ਨਹੀਂ ਤਾਂ ਫਿਰ 70 ਤੇ ਬਹਿਣੀ ਹੈ, ਹੋਰ ਕੁਝ ਸਾਡੀਆਂ ਕੰਨਾਂ 'ਚ ਨਹੀਂ ਪੈਣਾ। ਜੀ ਇੱਕ ਬੜ ਸਾਹਿਬ, ਪ੍ਰਵਾਸੀ ਭਾਰਤੀ ਤੋਂ ਕਿਸੇ SDM ਨੇ ਰਿਸ਼ਵਤ ਲਈ ਸੀ, ਉਹਦੇ ਕੇਸ ਦੇ ਵਿੱਚ ਉਹਨੂੰ ਮੁਅੱਤਲ ਕਰਨ ਦੀ ਖਬਰ ਹੈ, ਕੀ ਹੈ ਜੀ ਪੂਰੀ ਰਿਪੋਰਟ? ਹਰਕਮਲ ਸਿੰਘ ਜੀ, ਜਿਹੜੇ ਪ੍ਰਵਾਸੀ ਆ ਉਹ ਪੰਜਾਬ ਦੇ ਇਮਾਨਦਾਰ ਅਧਿਕਾਰੀਆਂ ਨੂੰ ਛੱਡ ਕੇ ਜਿਹੜੇ ਬਾਕੀ ਭ੍ਰਿਸ਼ਟ ਅਧਿਕਾਰੀ ਆ ਉਹਨਾਂ ਦੇ ਲਈ ਸੋਨੇ ਦੇ ਆਂਡੇ ਦੇਣ ਵਾਲੀਆਂ ਮੁਰਗੀਆਂ ਨੇ ਪ੍ਰਵਾਸੀ। ਜਦੋਂ ਕਿਤੇ ਅਫਸਰ ਜਿਹੜਾ ਭ੍ਰਿਸ਼ਟ ਹੋਵੇ ਉਹਨੂੰ ਪਤਾ ਲੱਗ ਜਾਏ ਨਾ ਕਿ ਭਾਈ ਇਹ ਬੰਦਾ ਬਾਹਰੋਂ ਆਇਆ, ਫਿਰ ਉਹਦਾ ਕੰਮ ਨਹੀਂ ਸਮੇਂ ਸਿਰ ਕਰਦੇ, ਫਿਰ ਤਾਂ ਸੋਚਿਆ ਕਿ ਭਾਈ ਇਹਦੇ ਤੋਂ ਮੋਟੇ ਪੈਸੇ ਮਾਂਜਣੇ ਹੀ ਮਾਂਜਣੇ ਆ, ਕੰਮ ਕਰਤੇ ਦਾ ਬਾਅਦ 'ਚ ਕਰਾਂਗੇ। ਟੇਬਲ ਦੇ ਥੱਲਿਆਂ ਦੀ ਪਤਾ ਹੁੰਦਾ ਉਹਨਾਂ ਨੂੰ ਕਿ ਮਹੀਨੇ ਖੰਡ ਲਈ ਆਏ ਆ, 3-4 ਵਿਆਹ ਆ, ਇਹਨਾਂ ਨੂੰ 2-4 ਜਗ੍ਹਾ ਦੇ ਉੱਤੇ ਆਪ ਜਾਣਾ, ਇਹਨਾਂ ਤੋਂ ਸਮਾਂ ਕਿੱਥੇ, 1-2 ਦਿਨ 'ਚ ਟਰਕਾਵਾਂਗੇ, ਦਫ਼ਤਰਾਂ ਦੇ ਚੱਕਰ ਲਵਾਵਾਂਗੇ, ਤੇ ਉਹਦੇ ਤੋਂ ਬਾਅਦ ਇਹਨਾਂ ਨੇ ਆਪੇ ਹੀ ਪਿੱਟ ਪਿੱਟ ਕੇ ਪੈਸੇ ਦੇਣੇ ਆ। ਹੁਣ ਜਿਹੜਾ ਨਵਾਂ ਮਸਲਾ ਸਾਹਮਣੇ ਆਇਆ, ਅਮਰੀਕਾ ਦੇ ਵਿੱਚ ਇੱਕ ਰਹਿੰਦਾ ਪ੍ਰਵਾਸੀ ਭਾਰਤੀ ਬਰਜਿੰਦਰ ਸਿੰਘ, ਉਸ ਬਰਜਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸਿੱਧੀ ਸ਼ਿਕਾਇਤ ਕੀਤੀ ਕਿ ਕਪਤਾਨ ਸਾਹਿਬ ਸਰਕਾਰ ਤੁਹਾਡੀ ਆ ਗਈ, ਤੁਸੀਂ ਕਹਿੰਦੇ ਭ੍ਰਿਸ਼ਟਾਚਾਰ ਹੈ ਨਹੀਂ, ਮੈਨੂੰ ਤਾਂ 3.5 ਲੱਖ ਰੁਪਈਏ 'ਚ ਤੁਹਾਡੇ SDM ਨੇ ਲੁੱਟਿਆ। ਹੁਣ SDM ਸਸਪੈਂਡ ਕਰ ਦਿੱਤਾ ਬਾਬੂ ਬਕਾਲੇ ਦਾ, ਅਰਵਿੰਦਰ ਸਿੰਘ ਅਰੋੜਾ। ਘਟਨਾ ਕੀ ਹੋਈ, ਬਰਜਿੰਦਰ ਸਿੰਘ NRI ਨੇ ਦੱਸਿਆ, ਉਹ ਕਹਿੰਦਾ ਜੀ ਦੇਖੋ ਮੇਰੇ ਪਿੰਡ ਦਾ ਨਾਂ ਹੈਗਾ ਝਾਮਕਾ, ਸਾਡੀ ਉੱਥੇ ਜੱਦੀ ਜ਼ਮੀਨ ਹੈ ਜੀ, ਮੁਸ਼ਤਰਕਾ ਖਾਤਾ ਸੀ, ਸਾਂਝਾ ਖਾਤਾ ਚਾਚੇ ਦੇ ਪੁੱਤ ਭਰਾ ਰਜਿੰਦਰ ਸਿੰਘ ਨਾਲ। 1 ਸਾਲ ਪਹਿਲਾਂ ਜੁਲਾਈ ਦੇ ਵਿੱਚ 2017 'ਚ ਅੰਮ੍ਰਿਤਸਰ ਦੇ ਜ਼ਿਲ੍ਹਾ ਮਾਲ ਅਧਿਕਾਰੀ ਨੂੰ ਕਹਿੰਦੇ ਅਸੀਂ ਬੇਨਤੀ ਕੀਤੀ ਕਿ ਸਾਡੀ ਜ਼ਮੀਨ ਜਿਹੜੀ ਆ ਉਹਨੂੰ ਤਕਸੀਮ ਕਰ ਦਿਓ। ਉਹ ਕਹਿੰਦੇ ਜ਼ਮੀਨ ਤਕਸੀਮ ਕਰਨ ਦਾ ਫੈਸਲਾ ਆ ਗਿਆ ਜੀ। ਇੱਕ ਸਮਾਂ ਸੀਮਾ ਉਹਨਾਂ ਨੇ ਦਿੱਤੀ ਕਿ ਜੇ ਕਿਸੇ ਧਿਰ ਨੂੰ ਮਨਜ਼ੂਰ ਨਹੀਂ SDM ਦੀ ਅਪੀਲ ਕਰ ਦਿਓ। ਕਹਿੰਦੇ ਸਮਾਂ ਵੀ ਨਿਕਲ ਗਿਆ ਅਪੀਲ ਕਰਨ ਦਾ, ਹੁਣ ਅਪੀਲ ਨਹੀਂ ਸੀ ਹੋ ਸਕਦੀ। ਅਚਾਨਕ ਕਹਿੰਦੇ SDM ਦਫ਼ਤਰ ਦੇ ਵਿੱਚ ਸੁਨੇਹਾ ਆਉਂਦਾ ਕਿ ਤੁਹਾਡੀ ਤਕਸੀਮ ਦੇ ਖਿਲਾਫ਼ ਅਪੀਲ ਹੋਈ ਹੈ। ਅਸੀਂ ਕਹਿੰਦੇ ਉਹਨਾਂ ਨੂੰ ਬੰਦੇ ਭੇਜ ਕੇ ਪੁੱਛਿਆ ਕਿ ਸਮਾਂ ਤਾਂ ਲੰਘ ਗਿਆ ਸੀ ਜੀ, ਅਪੀਲ ਕਿਵੇਂ ਹੋ ਗਈ? ਪਰ ਉਹ SDM ਬੜੀ ਕਹਿੰਦੇ ਕਿ ਮੈਂ ਅਸੈਪਟ ਕਰ ਲਈ ਹੈ ਅਪੀਲ ਭਾਈ, ਤੁਸੀਂ ਆਪਣਾ ਪੱਖ ਰੱਖੋ। ਚਲੋ ਉਹਦੇ ਤੋਂ ਅਗਲੀ ਘਟਨਾ ਬਹੁਤ ਹੈਰਾਨੀਜਨਕ ਹੈ ਜੀ। ਉਹ ਪ੍ਰਵਾਸੀ ਭਾਰਤੀ ਬਰਜਿੰਦਰ ਸਿੰਘ ਹੋਰੀ ਕਹਿੰਦੇ ਕਿ ਮੈਂ ਫਿਰ SDM ਬਾਬਾ ਬਕਾਲਾ ਅਰਵਿੰਦਰ ਸਿੰਘ ਅਰੋੜਾ ਨੂੰ ਮਿਲਣ ਗਿਆ। ਮੈਂ ਜਾ ਕੇ ਕਿਹਾ ਜੀ ਦੇਖੋ ਅਪੀਲ ਕਰਨ ਦਾ ਤਾਂ ਸਮਾਂ ਨਿਕਲ ਗਿਆ ਸੀ, ਤੁਸੀਂ ਲੇਟ ਅਪੀਲ ਕਿਉਂ ਅਸੈਪਟ ਕਰਨੀ, ਕਿਤੇ ਮੈਂ ਕਰ ਲਈ। ਤੇ ਦੂਸਰੀ ਗੱਲ ਕਹਿੰਦੇ ਮੈਨੂੰ SDM ਨੇ ਸਪਸ਼ਟ ਪੰਜਾਬੀ ਭਾਸ਼ਾ 'ਚ ਕਹਿਤਾ ਕਿ ਦੇਖ ਭਾਈ ਗੱਲ ਇਹ ਹੈ, ਤੂੰ ਹੈਗਾ ਪ੍ਰਵਾਸੀ, ਤੂੰ ਜਾਣਾ ਮੁੜ, ਮੇਰੇ ਕੋਲ ਜਿਹੜੇ ਬੰਦਿਆਂ ਨੇ ਅਪੀਲ ਕੀਤੀ ਆ ਨਾ ਉਹ ਮੈਨੂੰ ਰੁਪਈਆ ਦਿੰਦੇ ਆ 5 ਲੱਖ, ਮੈਂ ਉਹਨਾਂ ਦੇ ਹੱਕ 'ਚ ਫੈਸਲਾ ਕਰ ਦੇਣਾ ਜੀ, ਤੇ ਜੇ ਤੂੰ ਚਾਹੁੰਦਾ ਕਿ ਫੈਸਲਾ ਤੇਰੇ ਹੱਕ 'ਚ ਹੋਵੇ 5 ਲੱਖ ਰੁਪਈਆ ਤੂੰ ਦੇ ਦੇ। ਤੇ 2 ਹੀ ਘੰਟੇ ਦਾ ਸਮਾਂ ਦਿੱਤਾ ਕਿ ਤੂੰ ਕਹਿੰਦੇ 5 ਲੱਖ ਰੁਪਈਆ ਲਿਆ। ਉਹ ਕਹਿੰਦੇ ਫਿਰ ਅਸੀਂ ਕਈ ਵਾਰੀ ਮਿੰਤ ਤਰਲਾ ਕੀਤਾ ਉੱਥੇ ਬੈਠੇ ਬੈਠੇ, 3.5 ਲੱਖ ਰੁਪਈਏ ਦੇ ਵਿੱਚ ਗੱਲ ਨਿਬੜ ਗਈ। ਮੈਂ ਕਹਿੰਦੇ 2 ਲੱਖ ਰੁਪਈਆ ਆਪਣੇ ਬੈਂਕ ਖਾਤੇ 'ਚ ਕਢਾ ਕੇ ਲਿਆ ਕੇ ਦਿੱਤਾ ਉਸੇ ਵੇਲੇ, 1.5 ਲੱਖ ਰੁਪਈਆ ਕਹਿੰਦੇ ਇੱਕ ਲਿਮਿਟ ਬਣਾਈ ਸੀ ਉਹਦੇ ਖਾਤੇ 'ਚ ਕਢਾਇਆ, ਔਨ ਰਿਕਾਰਡ ਸਾਰਾ ਕੁਝ ਬੋਲਦਾ। ਤੇ SDM ਦਾ ਇੱਕ ਸੇਵਾਦਾਰ ਹੈ ਜਗਰੂਪ ਸਿੰਘ, ਉਹ 3.5 ਲੱਖ ਰੁਪਈਏ ਦਾ ਭੁਗਤਾਨ ਮੈਂ ਉਹਨੂੰ ਕੀਤਾ। ਉਹਨੇ ਫਿਰ ਜਾ ਕੇ ਅੰਦਰ ਜਦੋਂ SDM ਨੂੰ ਦੱਸਿਆ ਕਿ ਭਾਈ 3.5 ਲੱਖ ਰੁਪਈਆ ਮੈਂ ਗਿਣ ਲਿਆ, ਪੈਸੇ ਆ ਗਏ, ਕਹਿੰਦੇ 5 ਮਿੰਟਾਂ ਦੇ ਵਿੱਚ ਦੂਸਰੀ ਧਿਰ ਨੇ ਜਿਹੜੀ ਅਰਜ਼ੀ ਦਿੱਤੀ ਸੀ ਅਪੀਲ ਕੀਤੀ ਸੀ SDM ਨੇ ਖਾਰਜ ਕਰਤੀ। ਹੁਣ ਕੰਮ ਹੋ ਗਿਆ ਬੰਦੇ ਦਾ, ਉਹ ਕਹਿੰਦੇ ਘਰ ਆ ਕੇ ਮੈਨੂੰ ਨੀਂਦ ਨਾ ਆਵੇ ਕਿ ਸਾਡੀ ਜ਼ਮੀਨ, 1 ਨੰਬਰ ਦਾ ਕੰਮ, ਕੋਈ 2 ਨੰਬਰ ਦਾ ਕੰਮ ਨਹੀਂ, ਹੁਣ ਪਸੀਨੇ ਦੀ ਮਿਹਨਤ ਵੀ ਉੱਥੇ ਜਾ ਕੇ ਕਮਾਈ ਕਰਦੇ ਆ, 10 ਰਾਹਾਂ ਦੀ ਕਿਰਤ ਕਰਦੇ ਆ, ਮੈਂ 3.5 ਲੱਖ ਰੁਪਈਆ SDM ਨੂੰ ਕਿਉਂ ਦਿੱਤਾ, ਉਹਨੇ ਮੇਰੇ ਤੋਂ ਕਿਉਂ ਮੰਗਿਆ? ਚਲੋ ਪ੍ਰਵਾਸੀ ਭਾਰਤੀ ਬਰਜਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਕੀਤੀ ਕਿ ਭਾਈ
ਆ ਦੇਖੋ ਤੁਹਾਡੇ ਰਾਜ ਦੇ ਵਿੱਚ ਕੀ ਕੁਝ ਹੋਈ ਜਾਂਦਾ, ਤੁਹਾਡੀ ਸ਼ਾਸਨ ਦੇ ਵਿੱਚ ਮੇਰੇ ਕੋਲੋਂ ਮੇਰੀ ਜ਼ਮੀਨ ਤਕਸੀਮ ਕਰਨ ਦਾ 3.5 ਲੱਖ ਰੁਪਈਆ ਕਿਸੇ ਛੋਟੇ ਅਧਿਕਾਰੀ ਨੇ ਨੀ, ਖੁਦ SDM ਨੇ ਲਿਆ। ਚਲੋ ਕੈਪਟਨ ਅਮਰਿੰਦਰ ਸਿੰਘ ਨੇ, ਮੁੱਖ ਪ੍ਰਮੁੱਖ ਜਿਹੜੇ ਨੇ ਕਰਨ ਅਵਤਾਰ ਸਿੰਘ ਹੋਰੀ, ਉਹਨਾਂ ਨੂੰ ਇਨਕੁਆਰੀ ਮਾਰਕ ਕਰ ਦਿੱਤੀ ਕਿ ਤੁਸੀਂ ਇਨਕੁਆਰੀ ਕਰੋ। ਉਹਨਾਂ ਨੇ 50 ਦਿਨਾਂ ਦੇ ਵਿੱਚ ਹੀ ਇਨਕੁਆਰੀ ਕਰਕੇ SDM ਬਾਬਾ ਬਕਾਲਾ ਅਰਵਿੰਦਰ ਸਿੰਘ ਅਰੋੜਾ ਨੂੰ ਮੁਅੱਤਲ ਕਰ ਦਿੱਤਾ। ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਕਿਹਾ ਜਾ ਕੇ ਰਿਪੋਰਟ ਕਰੋ। ਦੇਖੋ ਜੇ ਤਾਂ ਇਸ ਤਰੀਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਸਿਰ ਜਿਹੜਾ ਐਕਸ਼ਨ ਲੈਂਦੀ ਰਹੇਗੀ, ਤਾਂ ਉਮੀਦ ਕਰਨੀ ਚਾਹੀਦੀ ਹੈ ਕਿ ਪ੍ਰਵਾਸੀ ਭਾਰਤੀਆਂ ਦਾ ਮਾੜਾ ਮੋਟਾ ਭਰੋਸਾ, ਮਾੜਾ ਮੋਟਾ ਵਿਸ਼ਵਾਸ ਜਿਹੜਾ ਉਹ ਪੰਜਾਬ ਦੀਆਂ ਸਰਕਾਰਾਂ ਦੇ ਉੱਤੇ ਟਿਕਿਆ ਰਹੂ। ਤੇ ਜੇ ਪ੍ਰਵਾਸੀ ਭਾਰਤੀਆਂ ਦੀ ਇਸੇ ਤਰੀਕੇ ਲੁੱਟ ਹੋਈ ਤਾਂ ਫਿਰ ਅਸੀਂ ਉਹਨਾਂ ਤੋਂ ਇਨਵੈਸਟਮੈਂਟ ਦੀ ਉਮੀਦ ਨਾ ਰੱਖੀਏ, ਅਸੀਂ ਉਹਨਾਂ ਤੋਂ ਪੰਜਾਬ ਦੇ ਵਿੱਚ ਨਿਵੇਸ਼ ਦੀ ਉਮੀਦ ਨਾ ਰੱਖੀਏ। ਫਿਰ ਤਾਂ ਅਗਲੇ ਜਿਹੜੀਆਂ 4 ਇੱਥੇ ਖੱਤੇ 4 ਸਿਆਰ ਹੈਗੇ ਆ ਉਹ ਵੀ ਵੇਚ ਵੱਟ ਕੇ ਉਹਨਾਂ ਨੇ ਕਹਿਣਾ ਕਿ ਭਾਈ ਜਿੱਥੇ ਘਰ ਦੀਆਂ ਕਿਸ਼ਤਾਂ ਦੇਣੀਆਂ 4-6 ਦੇ ਹੋ ਜਾਣਗੀਆਂ। ਸੋ ਕੁੱਲ ਮਿਲਾ ਕੇ ਬਾਬੇ ਬਕਾਲੇ ਵਾਲਾ SDM ਤਾਂ ਰਗੜਿਆ ਗਿਆ, ਪਰ ਬਾਕੀ ਪਾਸੇ ਜਿਹੜੀ ਲੁੱਟ ਸੁੱਟ ਚੱਲਦੀ ਹੈ ਉਹਦੇ ਪਾਸੇ ਸਰਕਾਰਾਂ ਧਿਆਨ ਕਦੋਂ ਦੇਣਗੀਆਂ, ਗੱਲ ਇਹਦੇ ਉੱਤੇ ਵੀ ਕਿਤੇ ਨਾ ਕਿਤੇ ਨਵੇੜਾ ਹੋਈ ਜਾਣਾ ਚਾਹੀਦਾ। ਜੀ, ਇੱਕ 2019 ਦੀਆਂ ਚੋਣਾਂ ਦੇ ਸੰਬੰਧ 'ਚ ਆਪਾਂ ਗੱਲ ਕਰ ਲੈਂਦੇ। ਬਾਟ ਸਾਹਿਬ, ਕੱਲ੍ਹ ਤੁਸੀਂ ਸਾਨੂੰ ਦੱਸਿਆ ਸੀਗਾ ਕਿ ਜਿਹੜੀ ਕਾਂਗਰਸ ਪਾਰਟੀ ਹੈ, ਪੰਜਾਬ ਕਾਂਗਰਸ, ਇਹਨੇ ਬੜੀਆਂ ਐਡਵਾਂਸ ਤਿਆਰੀਆਂ ਖਿੱਚਣੀਆਂ ਸ਼ੁਰੂ ਕਰਤੀਆਂ ਨੇ 2019 ਦੀਆਂ ਚੋਣਾਂ ਨੂੰ ਲੈ ਕੇ। ਤੇ ਜੇ ਆਪਾਂ ਦੇਖੀਏ ਤੇ ਹੁਣ 2019 ਦੇ ਕੈਂਡੀਡੇਟ ਕਿਹੜੇ ਹੋਣਗੇ, ਕਾਂਗਰਸ ਪਾਰਟੀ ਆਪਣੇ ਵਿਧਾਇਕਾਂ ਤੇ ਦਾਅ ਖੇਡ ਸਕਦੀ ਹੈ ਜਾਂ ਨਹੀਂ, ਕਿਵੇਂ ਲੱਗਦਾ ਤੁਹਾਨੂੰ? ਹਰਕਮਲ ਸਿੰਘ ਜੀ, ਕਾਂਗਰਸ ਪਾਰਟੀ ਕਾਲੀ ਬਹੁਤ ਹੈ, ਖਾਸ ਤੌਰ ਦੇ ਉੱਤੇ ਉਹਨਾਂ ਸੂਬਿਆਂ 'ਚ ਜਿਹਨਾਂ ਸੂਬਿਆਂ ਦੇ ਵਿੱਚ ਰਾਹੁਲ ਗਾਂਧੀ ਨੂੰ ਲੱਗਦਾ ਕਿ ਅਸੀਂ ਪਿਛਲੀ ਵਾਰ ਦੇ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਾਂ। ਪਿਛਲੀ ਵਾਰ ਕਾਂਗਰਸ ਪਾਰਟੀ ਨੇ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਉਮੀਦਵਾਰ ਖੜੇ ਕੀਤੇ ਸੀ, ਜਿਨ੍ਹਾਂ ਦੇ ਵਿੱਚੋਂ 9 ਉਮੀਦਵਾਰ ਹਾਰ ਗਿਆ ਸੀ, ਸਿਰਫ 4 ਜਿੱਤੇ। ਐਤਕੀ ਪਤਾ ਲੱਗਾ ਕਿ ਕਪਤਾਨ ਸਾਹਿਬ ਤੇ ਸੁਨੀਲ ਜਾਖੜ ਨੂੰ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਨੇ ਜਿਹੜਾ ਟੀਚਾ ਦਿੱਤਾ ਉਹ 13 ਦੇ ਵਿੱਚੋਂ ਘੱਟੋ ਘੱਟ 10 ਸੀਟਾਂ ਜਿੱਤਣ ਦਾ ਦਿੱਤਾ ਕਿ ਪਿਛਲੀ ਵਾਰ ਦੇ ਨਾਲ 6 ਸੀਟਾਂ ਤੁਸੀਂ ਪੰਜਾਬ ਦੇ ਵਿੱਚੋਂ ਸਾਨੂੰ ਵਧਾ ਕੇ ਦੇਣੀਆਂ। ਹੁਣ ਕਪਤਾਨ ਸਾਹਿਬ, ਸੁਨੀਲ ਜਾਖੜ, ਆਸ਼ਾ ਕੁਮਾਰੀ, ਕੈਪਟਨ ਸੰਦੀਪ ਸੰਧੂ, ਇਹ ਸਾਰੇ ਬੰਦੇ ਚਿੰਤਿਤ ਵੀ ਨੇ, ਯਤਨ ਵੀ ਕਰਨਾ ਚਾਹੁੰਦੇ ਆ ਕਿ ਆਪਾਂ ਰਾਹੁਲ ਗਾਂਧੀ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰੀਏ। ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਜਿਹੜੇ ਹਲਕਿਆਂ ਤੋਂ ਪਿਛਲੀ ਵਾਰੀ ਹਾਰ ਹੋਈ ਹੈ ਨਾ ਕਾਂਗਰਸ ਪਾਰਟੀ ਨੂੰ, ਉਹਨਾਂ ਹਲਕਿਆਂ ਦੇ ਵਿੱਚ ਇਹਨਾਂ ਨੇ ਸਰਗਰਮੀਆਂ ਸਭ ਤੋਂ ਪਹਿਲਾਂ ਸ਼ੁਰੂ ਕੀਤੀਆਂ, ਤਾਂ ਜੋ ਉੱਥੇ ਜਿਹੜੀਆਂ ਸਾਡੀਆਂ ਕਮੀਆਂ ਬੇਸ਼ੀਆਂ ਕਮਜ਼ੋਰੀਆਂ ਸੀ ਉਹ 'ਤੇ ਕਾਬੂ ਪਾ ਸਕੀਏ, ਸਰਕਾਰ ਦੇ ਹੱਕ 'ਚ ਲੋਕਾਂ ਨੂੰ ਭੁਗਤਾ ਸਕੀਏ। ਹੁਣ ਇੱਕ ਚਰਚਾ ਇਹ ਚੱਲੀ ਜੀ ਕਿ ਟਿਕਟਾਂ ਦੇਣੀਆਂ ਕਿਹਨਾਂ ਨੂੰ ਆ। ਦੇਖੋ 2014 'ਚ ਜਦੋਂ ਪਿਛਲੀ ਵਾਰੀ ਲੋਕ ਸਭਾ ਦੀ ਚੋਣ ਹੋਈ ਹੈ ਨਾ, ਉਦੋਂ ਕਾਂਗਰਸ ਪਾਰਟੀ ਨੇ ਆਪਣੇ ਬਹੁਤ ਸਾਰੇ ਵਿਧਾਇਕਾਂ ਦੇ ਉੱਤੇ ਦਾਅ ਖੇਡਿਆ ਸੀ, ਉਹਦੇ ਵਿੱਚ ਸਾਧੂ ਸਿੰਘ ਧਰਮਸੋਤ ਵੀ ਸੀ ਜੀ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਸੀ। ਕਪਤਾਨ ਸਾਹਿਬ ਉਦੋਂ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ MLA ਸਨ, ਜਿੱਥੋਂ ਐਤਕੀ MLA ਆ, ਤੇ ਕੈਪਟਨ ਅਮਰਿੰਦਰ ਸਿੰਘ ਨੂੰ MLA ਹੁੰਦਿਆਂ ਵੀ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜਾਈ ਸੀ ਰਾਹੁਲ ਗਾਂਧੀ ਨੇ, ਜੇਤਲੀ ਸਾਹਿਬ ਨੇ 1 ਲੱਖ ਵੋਟ ਨਾਲ ਹਰਾਇਆ ਜੀ, ਉਦੋਂ ਫਿਰ ਪਟਿਆਲੇ ਵਾਲੀ ਸੀਟ ਖਾਲੀ ਕਰਨੀ ਪਈ, ਉੱਥੇ ਜ਼ਿਮਨੀ ਚੋਣ ਹੋਈ। ਐਤਕੀ ਕਾਂਗਰਸ ਪਾਰਟੀ ਨੇ ਅੰਦਰ ਖਾਤੇ ਆਪਣੀ ਇਹ ਸਲਾਹ ਕੀਤੀ ਹੈ ਕਿ ਆਪਾਂ ਕਿਸੇ ਵੀ ਵਿਧਾਇਕ ਨੂੰ ਟਿਕਟ ਨਹੀਂ ਦੇਣੀ। ਉਹਦੇ 3 ਕਾਰਨ ਨੇ। ਪਹਿਲਾ ਕਾਰਨ ਇਹ ਕਿ ਜੇ ਕਿਸੇ ਵਿਧਾਇਕ ਨੂੰ ਕਾਂਗਰਸ ਪਾਰਟੀ ਟਿਕਟ ਦਿੰਦੀ ਹੈ, ਜੇ ਉਹ ਜਿੱਤ ਜਾਂਦਾ ਤਾਂ ਉਹਨੂੰ ਫਿਰ ਵਿਧਾਨ ਸਭਾ ਦੀ ਸੀਟ ਖਾਲੀ ਕਰਨੀ ਪਊ। ਜੇ ਉਹਨੂੰ ਵਿਧਾਨ ਸਭਾ ਦੀ ਸੀਟ ਖਾਲੀ ਕਰਨੀ ਪਊ ਤਾਂ ਫਿਰ ਇਹਦਾ ਮਤਲਬ ਹੈ ਉੱਥੇ ਜ਼ਿਮਨੀ ਚੋਣ ਹੋਊ, ਤੇ ਜ਼ਿਮਨੀ ਚੋਣ ਤੋਂ ਭਾਵ ਇਹ ਹੈ ਕਿ ਕਈ ਵਾਰੀ ਜ਼ਿਮਨੀ ਚੋਣ ਜਿਹੜੀ ਹੈ ਨਾ ਸੱਤਾਧਾਰੀ ਧਿਰ ਦੇ ਲਈ ਮਹਿੰਗੀ ਬਹੁਤ ਸਾਬਿਤ ਹੁੰਦੀ ਹੈ, ਤੇ ਬਿਲਕੁਲ ਵੀ ਕੋਈ ਕਾਂਗਰਸੀ ਨਹੀਂ ਚਾਹੁੰਦਾ ਕਿ ਭਾਈ ਅਸੀਂ ਹੁਣ ਇੱਕ ਹੋਰ ਜ਼ਿਮਨੀ ਚੋਣ ਜਿਹੜੀ ਹੈ ਉਧਰਲੇ ਪਾਸੇ ਵੱਲ ਵਧੀਏ। ਉਹ ਕਹਿੰਦੇ ਕਿ ਨਾ ਹੀ ਜ਼ਿਮਨੀ ਚੋਣਾਂ ਦੇ ਵਿੱਚ ਸਾਨੂੰ ਮੌਕਾ ਮਿਲੇ ਤਾਂ ਚੰਗਾ, ਦੂਸਰਾ ਲੋਕਾਂ ਦੇ ਵਿੱਚ ਵੀ ਗਲਤ ਪ੍ਰਭਾਵ ਜਾਣਾ ਕਿ ਤੁਸੀਂ ਪਹਿਲਾਂ ਵੀ ਪੈਸੇ ਖਰਚਾ ਤੇ ਹੁਣ ਜ਼ਿਮਨੀ ਚੋਣ ਦਾ ਬੋਝ ਜਿਹੜਾ ਪੰਜਾਬ ਦੇ ਲੋਕਾਂ ਤੇ ਹੋਰ ਪਾਤਾ। ਇੱਕ ਜਿਹੜੀ ਮਹੱਤਵਪੂਰਨ ਗੱਲ ਹੈ, ਦੇਖੋ ਬਹੁਤ ਸਾਰੇ ਕਾਂਗਰਸੀ ਜਿਹੜੇ ਆ ਨਾ ਉਹਨਾਂ ਨੂੰ ਕੋਈ ਅਹੁਦਾ ਨਹੀਂ ਮਿਲ ਸਕਿਆ ਸਰਕਾਰ ਹੋਣ ਦੇ ਬਾਵਜੂਦ, ਜਦੋਂ ਅਹੁਦਾ ਨਹੀਂ ਮਿਲ ਸਕਿਆ ਉਹਦੇ ਨਾਲ ਉਹ ਕਿਤੇ ਨਾ ਕਿਤੇ ਨਿਰਾਸ਼ ਵੀ ਨੇ ਕਿ ਭਾਈ ਸਾਡੀ ਸਰਕਾਰ ਦਾ 2.5 ਸਾਲ ਲੰਘ ਗਿਆ, ਸਾਨੂੰ ਖੋਰੇ ਅਹੁਦਾ ਕਦੋਂ ਮਿਲਣਾ। ਹੁਣ ਇਸੇ ਕਰਕੇ ਉਹ ਚਾਹੁੰਦੇ ਆ ਕਿ ਭਾਈ ਆਪਾਂ ਕਿਸੇ ਪਹਿਲੇ ਵਿਧਾਇਕ ਨੂੰ ਮੈਂਬਰ ਪਾਰਲੀਮੈਂਟ ਜ਼ਰੂਰ ਬਣਾਉਣਾ, ਆਪਾਂ ਕਿਸੇ ਨਵੇਂ ਬੰਦੇ ਨੂੰ ਟਿਕਟ ਦਿੰਦੇ ਹਾਂ ਜਿਹਦੇ ਨਾਲ ਕਿ ਘੱਟੋ ਘੱਟ ਉਹਦਾ ਕਾਂਗਰਸ ਪਾਰਟੀ ਦੇ ਪ੍ਰਤੀ ਰੋਸਾ ਤਾਂ ਖਤਮ ਹੋਊ, ਇਹ ਵੀ ਥਿਊਰੀ ਹੈ। ਤੀਸਰੇ ਪਾਸੇ ਜਦੋਂ ਵੀ ਕਦੇ ਕਿਸੇ ਵਿਧਾਇਕ ਨੂੰ MP ਦੀ ਟਿਕਟ ਦਿੱਤੀ ਗਈ ਨਾ, ਉਹ ਬੰਦਾ ਇੱਕੋ ਹੀ ਗੱਲ ਛੱਤ ਰੱਖ ਦਿੰਦਾ, ਦੇਖੋ ਜੀ ਤੁਹਾਡੇ ਕਹੇ ਤੇ ਮੈਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਲੈਂਦਾ, ਪਰ ਤੁਸੀਂ ਇੱਕ ਗੱਲ ਦਾ ਮੇਰੇ ਨਾਲ ਵਾਅਦਾ ਕਰੋ ਕਿ ਜੇ ਮੈਂ ਜਿੱਤ ਗਿਆ ਤਾਂ ਜਿਹੜੀ ਵਿਧਾਨ ਸਭਾ ਦੀ ਸੀਟ ਖਾਲੀ ਹੋਣੀ ਆ ਨਾ ਉਹ ਮੇਰੇ ਕਿਸੇ ਟੱਬਰ ਦੇ ਬੰਦੇ ਨੂੰ ਟਿਕਟ ਦਿਓਗੇ। ਆ ਕਪਤਾਨ ਸਾਹਿਬ ਵੀ ਜਿੱਤੇ ਸੀ ਤਾਂ ਬੀਬੀ ਪ੍ਰਨੀਤ ਕੌਰ ਨੂੰ ਟਿਕਟ ਮਿਲੀ ਸੀ। ਕਾਂਗਰਸ ਪਾਰਟੀ ਵਾਲੇ ਇਹ ਵੀ ਨਹੀਂ ਚਾਹੁੰਦੇ ਕਿ ਸਾਡੇ ਉੱਤੇ ਪਰਿਵਾਰਵਾਦ ਦਾ ਦੋਸ਼ ਲੱਗੇ, ਭਾਈ ਭਤੀਜਵਾਦ ਦਾ ਦੋਸ਼ ਲੱਗੇ, ਇਸ ਕਰਕੇ ਉਹਨਾਂ ਨੇ ਹੁਣ ਵਰਕਾ ਹੀ ਮਾਰ ਦਿੱਤਾ। ਉਹ ਕਹਿੰਦੇ ਜਿਹੜੇ ਮੈਂਬਰ ਪਾਰਲੀਮੈਂਟ ਜਿੱਤੇ ਆ ਉਹਨਾਂ ਨੂੰ ਟਿਕਟਾਂ ਅਸੀਂ ਜ਼ਰੂਰ ਦੇਣੀਆਂ, ਜਿਹੜਾ ਬੰਦਾ MLA ਬਣ ਗਿਆ ਉਹਨੂੰ ਟਿਕਟ ਅਸੀਂ ਬਿਲਕੁਲ ਨਹੀਂ ਦੇਣੀ, ਤੇ ਬਹੁਤੀਆਂ ਟਿਕਟਾਂ ਹੋ ਸਕਦਾ ਕਿ ਨੌਜਵਾਨ ਲੀਡਰਾਂ ਨੂੰ ਦਿੱਤੀਆਂ ਜਾਣ। ਯੂਥ ਕਾਂਗਰਸ ਦੇ ਕੋਟੇ ਦੇ ਵਿੱਚੋਂ ਵੀ ਕੁਝ ਇੱਕ ਟਿਕਟਾਂ ਜਿਹੜੀਆਂ ਨੇ
और कमल सिंह जी वंडियां जा सकदियां। भलके एक मीटिंग कांग्रेस पार्टी की होर है इसे मुद्दे के उत्ते विचार चर्चा करने के लिए, वेखते हैं कि उस मीटिंग के सिटा की निकलता है ते कि नाम लोग सभा दीआं चोणां लड़ने लई कांग्रेस पार्टी फाइनल करती है। जी बड़ साहब, समय में ध्यान में रखते हुए फिर अज के आप खबरों के सिलसिले को करते हैं इतने समाप्त। तुसी अपना कीमती वक्त साढ़े स्टूडियो दिता, उसके लिए तुहाडा बहुत बहुत शुक्रिया, धन्यवाद जी। बहुत शुक्रिया, मेहरबानी है कमल सिंह जी। रेडियो कौमी आवाज़ के श्रोतियों को शुभ इशामा। दोस्तों, हुणे हुणे तुसी परमवीर सिंह बाट कोलों पंजाब ते भारत दीआं खबरां सुन रहे सी। इस तों बाद रसपाल सिंह आस्ट्रेलिया दीआं कुछ विशेष खबरां नाल प्रोग्राम नूं जारी रखणगे। आपां मिलदे हां फिर कल इसे समय इसे प्रोग्राम दे विच। तद तक लई दिओ इजाजत, धन्नवाद। वाहिगुरू जी का खालसा, वाहिगुरू जी की फतेह।